ਸਾਂਝੀ ਵਾਸ ਰੇਡੀਓ ਤੋਂ ਸ਼ਮਾ ਭੰਗ ਵੱਲੋਂ ਪਿਆਰ ਭਰੀ ਅਤੇ ਨਿੱਕੀ ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇੱਕ ਵਾਰੀ ਫਿਰ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਜੀਵਨ ਜਾਂਚ। ਇਸ ਪ੍ਰੋਗਰਾਮ ਨੂੰ ਤੁਸੀਂ ਪੂਰਾ ਇੱਕ ਘੰਟਾ ਸਾਡੇ ਨਾਲ ਸੁਣਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਅੱਜ ਪ੍ਰੋਗਰਾਮ ਦਾ ਨਾਮ ਜੀਵਨ ਜਾਂਚ ਹੈ, ਬਟ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਅੱਜ ਦਾ ਵਿਸ਼ਾ ਹੋਏਗਾ ਉਹ ਹੋਏਗਾ ਪੰਜਾਬੀ ਗੁਸਤਾਖੀਆਂ। ਅਤੇ ਉਹਦੇ ਲਈ ਤਿੰਨ ਗੈਸਟ, ਉਹਨਾਂ ਦੇ ਰੂਬਰੂ ਮੈਂ ਤੁਹਾਨੂੰ ਬਹੁਤ ਜਲਦੀ ਕਰਵਾਵਾਂਗੀ। ਬਟ ਕੋਈ ਕਹਿੰਦਾ ਹੈ ਕਿ ਲਿਖਦੇ ਨੇ ਕਿ ਗੁਸਤਾਖੀ ਗਲਤੀ ਹੋ ਸਕਦੀ ਹੈ ਪਰ ਕੀਤਾ ਕਦੇ ਕਸੂਰ ਨਹੀਂ, ਇੱਧਰ ਸੁਣ ਕੇ ਉੱਧਰ ਲਾਉਣੀ ਇਹ ਆਪਣਾ ਦਸਤੂਰ ਨਹੀਂ। ਸੋ ਜੀ, ਜਿਹੜੀ ਇੱਧਰ ਸੁਣ ਕੇ ਉੱਧਰ ਲਾਉਣੀ ਹੁੰਦੀ ਹੈ ਇਹ ਵੀ ਕਈ ਵਾਰੀ ਗੁਸਤਾਖੀ ਤਾਂ ਵੈਸੇ ਹੁੰਦੀ ਹੀ ਹੈ ਨਾ, ਉਹਦੇ ਵਿੱਚ ਕਈ ਵਾਰੀ ਗਲਤ ਗੱਲਾਂ ਹੋ ਜਾਂਦੀਆਂ। ਬਟ ਅੱਜ ਵੇਖਦੇ ਹਾਂ ਕਿ ਇਹ ਜਿਹੜੇ ਸਾਡੇ ਤਿੰਨ ਗੈਸਟ ਆਏ ਨੇ ਇਹ ਸਾਡੇ ਵਾਸਤੇ ਕਿਹੋ ਜਿਹੀਆਂ ਗੁਸਤਾਖੀਆਂ ਲੈ ਕੇ ਆਏ ਨੇ, ਗੁਸਤਾਖੀਆਂ ਬਾਰੇ ਸਾਨੂੰ ਕੀ ਕੁਛ ਦੱਸਦੇ ਨੇ, ਤੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਇੰਟਰੋਡਿਊਸ ਕਰਵਾਉਣੀ ਹੈ ਤੇ ਫਿਰ ਆਪਾਂ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਨਮੇਜਾ ਸਿੰਘ ਜੋਹਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਂਝੀ ਆਵਾਜ਼ ਰੇਡੀਓ ਤੇ। ਧੰਨਵਾਦ ਜੀ ਸਾਰਿਆਂ ਦਾ। ਜੀ ਹਾਂਜੀ। ਤੇ ਦੂਸਰੇ ਪਰਮਜੀਤ ਸਿੰਘ ਤੰਜੂ, ਡਾਕਟਰ ਪਰਮਜੀਤ ਸਿੰਘ ਤੰਜੂ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਡਾਕਟਰ ਇੰਦਰਜੀਤ ਕਮਲ, ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਸਾਂਝੀ ਆਵਾਜ਼ ਰੇਡੀਓ ਤੇ। ਪਹਿਲਾਂ ਮੈਂ ਚਾਹਾਂਗੀ ਕਿ ਤੁਸੀਂ ਆਪਣੀ ਬਰੀਫ ਇੰਟਰੋਡਕਸ਼ਨ ਸਾਡੇ ਸਰੋਤਿਆਂ ਨੂੰ ਦਿਵੋ ਕਿ ਕਿਹੜੀਆਂ ਕਿਹੜੀਆਂ ਗੁਸਤਾਖੀਆਂ, ਪਹਿਲੇ ਆਪਣੇ ਬਾਰੇ ਦੱਸੋ ਤੇ ਫਿਰ ਉਸ ਤੋਂ ਬਾਅਦ ਗੁਸਤਾਖੀਆਂ ਬਾਰੇ ਦੱਸੋ ਕਿ ਕੀ ਅੱਜ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਹੋਣੀ ਆ ਉਹਦੇ ਬਾਰੇ। ਹਾਂਜੀ, ਮੈਂ ਹੋਮਿਓਪੈਥਿਕ ਡਾਕਟਰ ਹਾਂ ਜੀ, ਤੇ ਸ਼ਾਹਕੋਟ ਦੇ ਵਿੱਚ ਡਾਕਟਰ ਹੈਗਾ। ਗੁਸਤਾਖੀ ਜੀਵਨ ਦੇ ਨਾਲ ਚੱਲਦੀ ਰਹੀ ਹੈ, ਜੋ ਮਨੁੱਖ ਸ੍ਰਿਸ਼ਟੀ ਰਚੀ ਹੈ ਗੁਸਤਾਖੀ ਚੱਲਦੀ ਰਹੀ ਹੈ, ਕਿਤੇ ਨੋਟ ਹੋਈ ਕਿਤੇ ਨਹੀਂ ਨੋਟ ਹੋਈ। ਸਾਡੇ ਕੋਲ ਜਿਹੜੀ ਹਿਸਟਰੀ ਆਮ ਸੁਣਦੇ ਹੁੰਦੇ ਸੀ, ਦਸਵੀਂ ਸੁਣਿਆ ਸੀ, ਇਬਰਾਹਿਮ ਲਿੰਕਨ ਉਹ ਜਦੋਂ ਰਾਸ਼ਟਰਪਤੀ ਬਣਿਆ ਤੇ ਉੱਥੇ ਕੋਈ ਹੋਰ ਦੇਸ਼ਾਂ ਦੇ ਵੀਰ ਆ ਗਿਆ ਉਹਨਾਂ ਕੋਲ ਤੇ ਉਹ ਜੁੱਤੀ ਪਾਲਸ਼ ਕਰਨ ਡਿਆ ਸੀ ਤੇ ਉਹ ਉਹਨੂੰ ਪੁੱਛਦੇ, ਕਹਿੰਦੇ ਕਿ ਤੁਸੀਂ ਆਪਦੇ ਜੁੱਤੇ ਰਾਸ਼ਟਰਪਤੀ ਹੋ ਕੇ ਤੁਸੀਂ ਜੁੱਤੇ ਆਪਦੇ ਆਪ ਪਾਲਿਸ਼ ਕਰਦੇ ਹੋ ਜੀ, ਤੇ ਉਹ ਅੱਗੇ ਜਵਾਬ ਦਿੰਦੇ ਕਿ ਵੀ ਤੁਸੀਂ ਕਿਹਦੇ ਜੁੱਤੇ ਪਾਲਿਸ਼ ਕਰਦੇ। ਅਕਬਰ ਬੀਰਬਲ ਦੇ ਸਮੇਂ ਵੀ ਉਹ ਗੁਸਤਾਖੀਆਂ ਮੇਨ ਆਈਆਂ, ਆਪਾਂ ਸੁਣੀਆਂ ਸਾਰਿਆਂ ਨੇ। ਗੁਸਤਾਖੀ ਇੱਕ ਇਹੋ ਜਿਹੀ ਚੀਜ਼ ਹੈ ਵੀ ਗੱਲਾਂ ਸਹਿ ਸੁਭਾਅ ਗੱਲਾਂ ਕਰਦੇ ਕਰਦੇ ਕੋਈ ਇਹੋ ਜਿਹਾ ਪੰਚ ਲੱਗ ਜਾਂਦਾ, ਇਹੋ ਜਿਹੀ ਕੋਈ ਗੱਲ ਕਹਿ ਦਿੰਦਾ ਬੰਦਾ, ਉਹਦੇ ਨਾਲ ਹਾਸਾ ਪੈਦਾ ਹੋ ਜਾਂਦਾ ਔਰ ਉਹਦਾ ਅਭਿਆਸ ਵੀ ਨਹੀਂ ਹੁੰਦਾ, ਅਭਿਆਸ ਵੀ ਨਹੀਂ ਹੁੰਦਾ ਕਿ ਵੀ ਇਹ ਗੱਲ ਹੋਣ ਵਾਲੀ। ਆਮ ਹੀ ਲੋਕ ਇਹ ਚੀਜ਼ਾਂ ਨੋਟ ਨਹੀਂ ਕਰਦੇ, ਅਸੀਂ ਲੋਕ ਥੋੜ੍ਹਾ ਜਿਹਾ ਪੈਨੀ ਨਜ਼ਰ ਰੱਖਦੇ ਹਾਂ ਕੋਈ ਗੱਲ ਕਰ ਰਿਹਾ ਤੇ ਉਹਦੇ ਵਿੱਚ ਉਹ ਹੋ ਗਈ ਹੁੰਦੀ ਆ, ਲੋਕੀ ਗੱਲ ਕਰਦੇ ਆ ਤੇ ਉਹਦੇ ਵਿੱਚ ਉਹ ਚੀਜ਼ ਨਿਕਲਾ, ਅਸੀਂ ਨੋਟ ਕਰ ਲੈਂਦੇ ਹਾਂ, ਅਸੀਂ ਮੁੜ ਕੇ ਉਹ ਲਿਖ ਦਿੰਦੇ ਹਾਂ ਤੇ ਉਹਨੂੰ ਗੁਸਤਾਖੀ ਕਹਿੰਦੇ ਆ ਜੀ। ਡਾਕਟਰ ਇੰਦਰਜੀਤ ਕਮਲ, ਤੁਸੀਂ ਆਪਣੀ ਇੰਟਰੋਡਕਸ਼ਨ ਤੇ ਤੁਸੀਂ ਗੁਸਤਾਖੀਆਂ ਨਾਲ ਕਿੱਦਾਂ ਜੁੜੇ? ਹਾਂਜੀ, ਮੈਂ ਹਰਿਆਣਾ ਦੇ ਜਮੁਨਾ ਨਗਰ ਸ਼ਹਿਰ 'ਚ ਹਾਂ, ਹੋਮਿਓਪੈਥੀ ਡਾਕਟਰ ਹਾਂ, ਫੇਸਬੁੱਕ ਤੇ ਪਿਛਲੇ 10 ਸਾਲਾਂ ਤੋਂ ਤਕਰੀਬਨ ਜੁੜਿਆ ਜੀ। ਪਿਛਲੇ ਚਾਚਾ ਜਨਮੇਜਾ ਸਿੰਘ ਜੋਹਲ ਜੀ ਨੇ ਇੱਕ ਗਰੁੱਪ ਬਣਾਇਆ ਪੰਜਾਬੀ ਗੁਸਤਾਖੀਆਂ ਜੀ, ਤੇ ਮੇਰੇ ਵਰਗੇ ਤੇ ਡਾਕਟਰ ਧੰਜੂ ਜੀ ਵਰਗੇ ਕਈ ਗੁਸਤਾਖ ਉਹਦੇ ਵਿੱਚ ਇਹਨਾਂ ਨੇ ਦਾਖਲ ਕੀਤੇ, ਜੋੜੇ ਉਸ ਗਰੁੱਪ ਤੇ ਐਡ ਕੀਤੇ ਤੇ ਆਪਾਂ ਆਪਣੀਆਂ ਗੁਸਤਾਖੀਆਂ ਉਹਦੇ ਵਿੱਚ ਲਿਖਣ ਵਾਸਤੇ ਕਿਹਾ ਤੇ ਇਸ ਤਰ੍ਹਾਂ ਕਰਦੇ ਕਰਦੇ ਬਹੁਤ ਸਾਰੇ ਲੋਕ ਉਸ ਗਰੁੱਪ ਨਾਲ ਜੁੜੇ, ਜਿਹੜੇ ਨਹੀਂ ਵੀ ਲਿਖਦੇ ਸੀ ਉਹ ਵੀ ਵੇਖਾ ਵੇਖੀ ਲਿਖਣ ਲੱਗ ਪਏ ਤੇ ਬਹੁਤ ਵਧੀਆ ਲਿਖਣ ਲੱਗ ਪਏ। ਹੁਣ ਇਹ ਗਰੁੱਪ ਬਹੁਤ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਤੇ ਇਹਦੇ ਵਿੱਚ ਵੰਨ ਸੁਵੰਨੀਆਂ ਗੁਸਤਾਖੀਆਂ ਸਾਰੇ ਗੁਸਤਾਖ ਆਪਣੀਆਂ ਪਾਉਂਦੇ ਨੇ ਜਿਹਦੇ ਨਾਲ ਹਾਸਾ ਠੱਠਾ ਪਾਉਂਦਾ ਤੇ ਇਨਸਾਨ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਹੈ, ਖੁਸ਼ ਹੁੰਦਾ ਹੈ ਤੇ ਉਦਾਸੀ ਰੋਗ ਤੋਂ ਛੁਟਕਾਰਾ ਮਿਲਦਾ ਹੈ। ਬਹੁਤ ਵਧੀਆ। ਹਾਂਜੀ, ਜਨਮੇਜਾ ਸਿੰਘ ਜੋਹਲ ਜੀ, ਤੁਸੀਂ ਆਪਣੀ ਇੰਟਰੋਡਕਸ਼ਨ ਤੇ ਪਤਾ ਲੱਗਾ ਹੈ ਕਿ ਗੁਸਤਾਖੀਆਂ ਗਰੁੱਪ ਤੁਸੀਂ ਸ਼ੁਰੂ ਕੀਤਾ ਤੇ ਤੁਹਾਡੇ ਦਿਮਾਗ 'ਚ ਕਿੱਥੋਂ ਖਿਆਲ ਆਇਆ?
ਇਹ ਆ ਕਿ ਮਨ ਚ ਹਮੇਸ਼ਾ ਹੀ ਜਿਹੜਾ ਵਿਅੰਗ ਹੈ ਉਤਰਦਾ ਰਿਹਾ ਆ। ਪਹਿਲਾਂ ਮੇਰੀਆਂ ਕਿਤਾਬਾਂ ਵੀ ਆਈਆਂ ਦੋ ਤਿੰਨ ਤੇ ਵਿਅੰਗ ਦੇ ਉੱਤੇ, ਤੇ ਐ ਲੱਗਾ ਵੀ ਬਹੁਤ ਸਾਰੇ ਲੋਕਾਂ ਦੇ ਅੰਦਰ ਬਹੁਤ ਕੁਛ ਹੈ ਤੇ ਕਿਉਂ ਨਾ ਉਹ ਜਿਹੜਾ ਹੈਗਾ ਉਹ ਬਾਹਰ ਕੱਢਿਆ ਜਾਵੇ, ਦੂਜਿਆਂ ਨਾਲ ਸਾਂਝਾ ਕੀਤਾ ਜਾਵੇ। ਜਿਹੜੀ ਸਮਾਜ ਦੀ ਚੰਗੇ ਸਮਾਜ ਦੀ ਸਿਰਜਣਾ ਆ ਉਹ ਤਾਂ ਹੀ ਹੋ ਸਕਦੀ ਆ ਜੇਕਰ ਉਹਦੇ ਜਿਹੜੇ ਲੋਕ ਨੇ ਆਪਣੇ ਦਿਲ ਦੀ ਗੱਲ ਦੂਜੇ ਨਾਲ ਸਾਂਝੀ ਕਰਨ। ਕਿਉਂਕਿ ਕਈ ਵਾਰੀ ਗੱਲ ਉਹ ਸਾਡੇ ਨਾਲ ਵੀ ਹੋਈ ਹੁੰਦੀ ਆ ਪਰ ਅਸੀਂ ਡਰਦੇ ਹੁੰਦੇ ਹਾਂ ਵੀ ਉਹਨੂੰ ਕਹਿਣ ਤੋਂ ਜਾਂ ਉਹਨੂੰ ਕਰਨ ਤੋਂ, ਸਾਂਝੀ ਕਰਨ ਤੋਂ। ਪਰ ਜੇ ਕਿਸੇ ਹੋਰ ਦੇ ਨਾਲ ਹੋਈ ਹੋਵੇ ਉਹ ਲਿਖ ਦੇਵੇ ਜਾਂ ਉਹ ਦੱਸ ਹੋਏ ਤਾਂ ਜਿਹੜੇ ਦੂਜੇ ਲੋਕ ਹੈ ਉਹ ਵੀ ਉਹਨਾਂ ਨੂੰ ਵੀ ਹੌਸਲਾ ਹੋ ਜਾਂਦਾ ਔਰ ਉਹਨਾਂ ਦੇ ਜਿਹੜੇ ਮਨ ਦੇ ਵਿੱਚ ਜਿਹੜੀ ਖੁਸ਼ੀ ਆ ਜਾਂ ਸੈਟਿਸਫੈਕਸ਼ਨ ਆ ਜਿਹੜੀ ਆ ਉਹ ਵੱਧ ਆਉਂਦੀ ਆ। ਸੋ ਇਸ ਤਰ੍ਹਾਂ ਇਹ ਜਿਹੜਾ ਗਰੁੱਪ ਸੀਗਾ ਇਹ ਅਜੇ ਸ਼ੁਰੂ ਹੋ ਗਿਆ, ਦੋ ਤਿੰਨ ਮਹੀਨੇ ਕੁ ਹੋਏ ਆ ਮੇਰੇ ਖਿਆਲ ਚ ਤੇ ਉਹਦੇ ਨਾਲ ਜਿਹੜਾ ਇਹਨੂੰ ਓਵਰਵੈਲਮਿੰਗ ਰਿਸਪੋਂਸ ਲੋਕਾਂ ਤੋਂ ਮਿਲਿਆ ਤੇ ਔਰ ਬਹੁਤ ਅਸੀਂ ਜਿੰਨੇ ਹੁੰਦੇ ਆ ਉਹਨਾਂ ਦੀ ਮਤ ਹੁਣ ਵੀ ਮਤਲਬ ਕਿਸੇ ਨੇ ਦੱਸਿਆ ਕਿ ਪਹਿਲਾਂ ਮੈਨੂੰ ਇਨਬੋਕਸ ਭੇਜੀ ਵੀ ਤੁਸੀਂ ਇਹ ਦੇਖੋ ਹਨਾ ਤੇ ਸਾਡਾ ਮਤਲਬ ਹੁੰਦਾ ਹੌਸਲਾ ਦੇਣਾ ਵੀ ਅਸੀਂ ਕਿਹੜੇ ਕੋਈ ਬਹੁਤ ਚੰਗੇ ਹਾਂ। ਸਾਰੀ ਦੁਨੀਆਂ ਚੰਗੇ ਹੁੰਦੇ ਆ ਵੀ ਉਹਨੂੰ ਕਹੀਦਾ ਵੀ ਠੀਕ ਹੈ ਤੁਹਾਡੀ ਭਾਸ਼ਾ ਮਾੜੀ ਨਾ ਹੋਵੇ, ਕਿਸੇ ਦੇ ਵਿਰੁੱਧ ਨਾ ਹੋਵੇ, ਏਦਾਂ ਦੀ ਗੱਲ ਜਿਹੜੀ ਜਾਤੀ ਵਿਰੋਧਤਾ ਨਾ ਹੋਵੇ ਹਨਾ ਤੇ ਊਂ ਤਾਂ ਵਿਰੋਧਤਾ ਸਮਾਜ ਚ ਹੋਣੀ ਹੁੰਦੀ ਆ ਤੇ ਉਹ ਫਿਰ ਏਦਾਂ ਇਹ ਵਧੀਆ ਚੱਲ ਰਿਹਾ ਔਰ ਸਾਰੇ ਦੋਸਤ ਜੁੜੇ ਹੋਏ ਆ। ਬਹੁਤ ਸਾਰੇ ਤਾਂ ਪਹਿਲਾਂ ਹੀ ਜਾਣਦੇ ਵੀ ਸੀਗੇ, ਹੋਰ ਵੀ ਹੋਈ ਜਾਂਦੇ ਆ, ਮਤਲਬ ਘੇਰਾ ਹੋਰ ਦੋਸਤੀ ਦਾ ਵਿਸ਼ਾਲ ਹੋਈ ਜਾ ਰਿਹਾ। ਜੀ ਬਹੁਤ ਵਧੀਆ ਤੇ ਫਿਰ ਅੱਜ ਸਾਂਝੀਵਾਲ ਰੇਡੀਓ ਤੋਂ ਫਿਰ ਅਸੀਂ ਗੁਸਤਾਖੀਆਂ ਦੀ ਜਿਹੜੀ ਸ਼ੁਰੂਆਤ ਆ ਉਹ ਅੱਜ ਤੋਂ ਕਰ ਲੈਂਦੇ ਹਾਂ ਤੇ ਫਿਰ ਆਉਂਦੇ ਹਫ਼ਤਿਆਂ ਵਿੱਚ ਕਰਦੇ ਹੀ ਰਵਾਂਗੇ ਇਹੋ ਜਿਹੀਆਂ ਗੁਸਤਾਖੀਆਂ। ਹਾਂਜੀ ਹਾਂਜੀ ਬਿਲਕੁਲ, ਹੋਰ ਵੀ ਕਈ ਮੈਂਬਰ ਹੈਗੇ ਆ ਬੜੇ ਅੱਛੇ ਜਿਹੜੇ ਕਿ ਗੁਸਤਾਖੀਆਂ ਲਿਖਦੇ ਆ ਔਰ ਉਹਨਾਂ ਨੂੰ ਆਪਾਂ ਸਮਝਾ ਦੇਵਾਂਗੇ ਜਾਂ ਕਰ ਲੈਣਗੇ ਤਾਂ ਉਹ ਆਪਣੇ ਤੁਹਾਡੇ ਨਾਲ ਜੁੜ ਕੇ ਤੁਸੀਂ ਭਾਵੇਂ ਇਹਨੂੰ ਰੈਗੂਲਰ ਕਰੀ ਚਲੋ ਕੋਈ ਸਮੱਸਿਆ ਨੀ ਗੀ। ਕਦੋਂ ਭੇਜੀ ਆ ਰਿਕੁਐਸਟ? ਹਾਂਜੀ ਮੈਂ ਹੁਣੇ ਰਿਕੁਐਸਟ ਭੇਜੀ ਆ ਤਾਂ ਕਿ ਮੈਂ ਤੁਹਾਡਾ ਜਿਹੜਾ ਇਹ ਲਿੰਕ ਆ ਉਹਨੂੰ ਉਹਦੇ ਵਿੱਚ ਸ਼ੁਰੂ ਕਰ ਦਵਾਂ। ਹਾਂਜੀ ਹਾਂਜੀ ਤੇ ਵੈਸੇ ਦੋਨੋਂ ਡਾਕਟਰ ਸਾਹਿਬ ਵੈਸੇ ਇਹ ਮਤਲਬ ਕਿ ਆਮ ਲੋਕੀ ਇਹ ਸੋਚਦੇ ਆ ਕਿ ਜਿਹੜੇ ਡਾਕਟਰ ਹੁੰਦੇ ਨੇ ਉਹ ਬੜੇ ਸੀਰੀਅਸ ਟਾਈਪ ਦੇ ਹੁੰਦੇ ਨੇ ਕਿਉਂਕਿ ਹਮੇਸ਼ਾ ਪੜ੍ਹ ਕੇ ਲਿਖਦੇ ਰਹਿੰਦੇ ਆ। ਡਾਕਟਰ ਹੈ ਜੀ ਇਹ ਹੋਮੋਪੈਥੀ ਵਾਲੇ ਆ ਦੋਨੇ। ਹਾਂਜੀ ਮਤਲਬ ਐਲੋਪੈਥੀ ਵਾਲੇ ਬਹੁਤ ਸੀਰੀਅਸ ਹੁੰਦੇ ਉਹ ਤਾਂ ਕਿਸੇ ਨਾਲ ਗੱਲ ਕਰਕੇ ਵੀ ਖੁਸ਼ ਨਹੀਂ ਹੁੰਦੇ। ਹਾਂਜੀ ਹਾਂਜੀ ਬਿਲਕੁਲ ਮੈਂ ਕਿਹਾ ਵੀ ਕਹਿੰਦੇ ਵੀ ਡਾਕਟਰ ਸਾਹਿਬ ਆਉਣਗੇ ਗੁਸਤਾਖੀਆਂ ਲੈ ਕੇ, ਮੈਂ ਕਿਹਾ ਵੀ ਮੈਂ ਤੇ ਇਹ ਵੀ ਸੁਣਿਆ ਵੀ ਡਾਕਟਰ ਲੋਕ ਕਦੇ ਗੁਸਤਾਖੀਆਂ ਨੀ ਕਰਦੇ ਵੀ ਸੀਰੀਅਸ ਟਾਈਪ ਬੰਦੇ ਹੁੰਦੇ ਆ। ਸ਼ਮਾ ਜੀ ਦੋ ਤਰ੍ਹਾਂ ਦੇ ਲੋਕ ਗੁਸਤਾਖੀਆਂ ਕਰਦੇ ਆ, ਦੋ ਤਰ੍ਹਾਂ ਦੇ ਲੋਕ ਦੋ ਤਰ੍ਹਾਂ ਦੇ ਲੋਕ ਸ਼ਮਾ ਜੀ ਗੁਸਤਾਖੀਆਂ ਕਰਦੇ ਆ। ਇੱਕ ਉਹ ਲੋਕ ਜਿਹਨਾਂ ਨੂੰ ਕੋਈ ਚੜੀ ਲੱਥੀ ਦੀ ਨੀ ਹੁੰਦੀ, ਜਿਹੜੇ ਸਾਰੀ ਜ਼ਿੰਦਗੀ ਸ਼ੁਗਲ ਚ ਹੀ ਰਹਿਣਾ ਚਾਹੁੰਦੇ ਆ ਉਹ ਗੁਸਤਾਖੀਆਂ ਕਰਦੇ ਆ। ਹਰ ਗੱਲ ਤੇ ਨੋਕ ਝੋਕ, ਹਰ ਗੱਲ ਦੇ ਉੱਤੇ ਕੋਈ ਨਾ ਕੋਈ ਕਟਾਕਸ ਕਰੀ ਜਾਣਾ ਉਹਨਾਂ ਨੇ, ਉਹ ਲੋਕ ਹੁੰਦੇ ਇੱਕ ਤਰ੍ਹਾਂ ਦੇ। ਦੂਸਰੇ ਤਰ੍ਹਾਂ ਦੇ ਲੋਕ ਉਹ ਹੁੰਦੇ ਆ ਜਿਹੜੇ ਸਾਰੀ ਜ਼ਿੰਦਗੀ ਕਿਸੇ ਨਾ ਕਿਸੇ ਉਲਝਣਾਂ ਚ ਫਸੇ ਰਹਿੰਦੇ ਆ, ਮੁਸੀਬਤਾਂ ਚ ਫਸੇ ਰਹਿੰਦੇ ਆ, ਗਮਾਂ ਚ ਫਸੇ ਰਹਿੰਦੇ ਆ ਔਰ ਉਹ ਉਹਨੂੰ ਅਸਕੇਪ ਕਰਦੇ, ਉਹਦੇ ਚੋਂ ਨਿਕਲਣ ਲਈ ਇਹ ਚੀਜ਼ ਮੇਰੇ ਸਾਹਮਣੇ ਨਾ ਆਵੇ, ਮੈਂ ਗੁਸਤਾਖੀ ਵਾਲੂ ਹੋ ਜਾ, ਸ਼ੁਗਲ ਚ ਕਰਾਂ, ਉਹਨੂੰ ਅਵੋਇਡ ਕਰਦੇ ਆ, ਟੈਨਸ਼ਨ ਨੂੰ ਅਵੋਇਡ ਕਰਦੇ ਆ। ਔਰ ਉਹ ਲੋਕ ਵੀ ਗੁਸਤਾਖੀਆਂ ਕਰਦੇ ਆ, ਦੋ ਤਰ੍ਹਾਂ ਦੇ ਲੋਕ। ਔਰ ਅਸੀਂ ਹੋਮਿਓਪੈਥਿਕ ਡਾਕਟਰ ਆ, ਸਾਡਾ ਜਿਹੜਾ ਵਿਸ਼ਾ ਹੋਮਿਓਪੈਥੀ ਦਾ ਫਿਲੋਸਫੀ ਆ ਉਹ ਨੇਚਰ ਦੇ ਨਾਲ ਮਿਲਦੀ ਜੁਲਦੀ, ਨੇਚੁਰਲ ਟ੍ਰੀਟਮੈਂਟ ਆ। ਔਰ ਅਸੀਂ ਪੇਸ਼ੈਂਟ ਨੂੰ ਵੀ ਨੇਚੁਰਲ ਕਰਨਾ ਹੁੰਦਾ, ਜਦੋਂ ਸਾਡੇ ਕੋਲ ਆ ਕੇ ਬਹਿੰਦੇ ਆ ਤੇ ਉਹਨਾਂ ਨੂੰ ਇੱਕ ਤੇ ਅਸੀਂ ਫੈਮਿਲੀਅਰ ਕਰਨਾ ਹੁੰਦਾ, ਦੂਸਰਾ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦੇ ਕਮੈਂਟ ਕਰਕੇ ਉਹਨਾਂ ਨੂੰ ਉਹ ਚੋਂ ਕੱਢਣਾ ਹੁੰਦਾ ਕਿ ਤੁਸੀਂ ਬਿਮਾਰ ਤਾਂ ਹੈ ਹੀ ਨਹੀਂ ਆ, ਤੁਸੀਂ ਇਹ ਸਮਝੋ ਨਾ ਤੁਸੀਂ ਬਿਮਾਰ ਆ, ਤੁਸੀਂ ਮੇਰੇ ਕੋਲ ਬੈਠੇ ਹੋ ਤੇ ਤੁਸੀਂ ਹੁਣ ਬਸ ਤੁਹਾਡੀ ਰਿਸਪੋਨਸਿਬਿਲਟੀ ਖਤਮ ਆ, ਹੁਣ ਅਸੀਂ ਸਾਡਾ ਕੰਮ ਆ ਅਸੀਂ ਕਰਨਾ। ਹਾਂਜੀ ਅਮਲ ਜੀ
ਚਲੋ ਸ਼ੁਰੂ ਕਰਾਂ। ਹਾਂਜੀ, ਕੋਈ ਆਪਣੇ ਨਾਲ ਵਾਪਰੀ ਘਟਨਾ ਸੁਣਾਓ। ਕਮਲ ਜੀ ਤੁਸੀਂ ਸੁਣਾ ਲਓ ਪਹਿਲਾਂ। ਚਲੋ ਜੀ ਮੈਂ ਸੁਣਾ ਦਿੰਦਾ। ਕਾਫੀ ਦਿਨਾਂ ਦੀ ਗੱਲ ਹੈ, ਇੱਕ ਬੰਦਾ ਆਪਣੇ ਬੇਟੇ ਦੀ ਦਵਾਈ ਲੈਣ ਆਇਆ। ਦਵਾਈ ਲੈ ਕੇ ਜਦੋਂ ਵਾਪਸ ਜਾਣ ਲੱਗਾ ਤਾਂ ਦਰਵਾਜ਼ੇ ਤੋਂ ਮੁੜ ਆਇਆ, ਕਹਿੰਦਾ ਡਾਕਟਰ ਸਾਹਿਬ ਆਂਡਾ ਦੇ ਸਕਦੇ? ਮੈਂ ਕਿਹਾ ਜੀ ਬਿਲਕੁਲ ਦੇ ਸਕਦੇ, ਪਰ ਘਰ ਜਾ ਕੇ ਦਿਓ ਜੇ। ਜਿਹੜੀਆਂ ਗੁਸਤਾਖੀਆਂ ਉਹ ਤਾਂ ਫਿਰ ਸਾਰਾ ਦਿਨ ਚੱਲਦੀਆਂ ਹੀ ਰਹਿੰਦੀਆਂ ਹੋਣਗੀਆਂ। ਹਾਂਜੀ ਬਿਲਕੁਲ ਜੀ। ਆ ਥੋੜੇ ਦਿਨ ਪਹਿਲਾਂ ਮੈਂ ਕਰਿਆਨੇ ਦੀ ਦੁਕਾਨ ਤੇ ਖੜਾ ਸਾਂ ਤੇ ਇੱਕ ਬਜ਼ੁਰਗ ਔਰਤ ਮੇਰੇ ਕੋਲ ਆ ਕੇ ਕਹਿੰਦੀ, ਕਾਕਾ ਮੇਰਾ ਕੋਲਡ ਸਟੋਰ ਠੀਕ ਕਰ ਦੇਗਾ? ਮੈਂ ਕਿਹਾ ਜੀ ਇਹਨੂੰ ਕਿਤੇ ਮਿਸਤਰੀ ਦਾ ਭੁਲੇਖਾ ਲੱਗਾ ਲੱਗਦਾ। ਮੈਂ ਕਿਹਾ ਮਾਤਾ ਜੀ ਤੁਹਾਨੂੰ ਕੋਈ ਭੁਲੇਖਾ ਲੱਗ ਗਿਆ? ਕਹਿੰਦੀ ਪੁੱਤ ਤੂੰ ਡਾਕਟਰ ਇੰਦਰਜੀਤ ਨੀ? ਮੈਂ ਕਿਹਾ ਜੀ ਹੈ ਤਾਂ ਡਾਕਟਰ ਇੰਦਰਜੀਤ ਹੀ ਆ, ਪਰ ਮੈਂ ਕੋਲਡ ਸਟੋਰ ਕਿਵੇਂ ਠੀਕ ਕਰ ਸਕਦੀ ਹਾਂ, ਕਰ ਸਕਦਾ ਤੇਰੇ? ਕਹਿੰਦੀ ਅਸਲ ਚ ਗੱਲ ਕੀ ਹੈ, ਮੈਂ ਚੰਡੀਗੜ੍ਹ ਤੱਕ ਘੁੰਮ ਆਈ ਹਾਂ, ਕਿਸੇ ਡਾਕਟਰ ਤੋਂ ਮੇਰਾ ਕੋਲਡ ਸਟੋਰ ਠੀਕ ਨੀ ਆਇਆ। ਕਹਿੰਦੇ ਜਿੰਨਾ ਚਿਰ ਤੇਰਾ ਕੋਲਡ ਸਟੋਰ ਨਾ ਠੀਕ ਹੋਇਆ ਤੇਰਾ ਬਲੱਡ ਨੀ ਬਦਲੋ ਹਟਣਾ। ਫਿਰ ਮੈਨੂੰ ਸਮਝ ਲੱਗੀ ਉਹ ਕੋਲੈਸਟ੍ਰੋਲ ਨੂੰ ਕੋਲਡ ਸਟੋਰ ਕਹੀ ਜਾਂਦੀ ਹੈ। ਹਾਂਜੀ, ਹੁਣ ਤੇ ਤੁਹਾਡੇ ਕੋਲ ਕੋਈ ਇਹੋ ਜਿਹਾ ਨੀ ਮਰੀਜ਼ ਆਇਆ ਜਿਹਨੇ ਕਿਹਾ ਵੀ ਮੇਰੇ ਸਿਰ ਨੂੰ ਹਾਰਟ ਅਟੈਕ ਹੋ ਗਿਆ? ਆ ਕੱਲ ਪਰਸੇ ਇੱਕ ਫਿਲਮ ਵੀ ਵੇਖ ਰਹੇ ਸੀ, ਉਹ ਵੀ ਕਹਿ ਰਹੇ ਸੀ ਇਹਦੀ ਕਿਡਨੀ 'ਚ ਹਾਰਟ ਅਟੈਕ ਹੋਣ ਵਾਲਾ। ਢਿੱਡ 'ਚ ਦਿਲ ਦਿਲ ਦਰਦ ਜ਼ਰੂਰ ਹੁੰਦਾ, ਪੇਟ ਦੇ ਵਿੱਚ ਪੇਟ ਦੇ ਦਰਦ ਦਾ ਪਿੜ ਵੀ ਹੁੰਦੀ ਹੁੰਦੀ ਆ। ਹਾਂਜੀ ਵੇਖ ਲਓ, ਅਸੀਂ ਭਾਵੇਂ ਡਾਕਟਰ ਨਹੀਂ ਪਰ ਸਾਨੂੰ ਵੀ ਪਤਾ ਵੀ ਸਿਰ ਚ ਹਾਰਟ ਅਟੈਕ ਆ ਜਾਂਦਾ। ਮੇਰਾ ਜਿਹੜਾ ਮੇਨ ਪਾਤਰ ਆ ਚੱਲ ਰਿਹਾ ਫੇਸਬੁੱਕ ਦੇ ਉੱਤੇ ਬਾਪੂ ਮੱਲ ਸਿੰਘ, ਤੇ ਬਾਪੂ ਮੱਲ ਸਿੰਘ ਦਾ ਪਹਿਲਾਂ ਤਾਂ ਤਬੀਅਤ ਦੱਸਣੀ ਆ ਵੀ ਉਹ ਇੰਨਾ ਖਾਂਦੇ ਆ, ਇੰਨਾ ਜ਼ਿਆਦਾ ਖਾਂਦੇ ਆ, ਉਹਨਾਂ ਦਾ ਡੇਢ ਕੁਇੰਟਲ ਭਾਰ ਆ। ਔਰ ਸਵੇਰ ਦੀ ਰੋਟੀ ਜਦੋਂ ਖਾਂਦੇ ਆ ਤਾਂ ਤਕਰੀਬਨ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਂਦਾ ਉਦੋਂ ਤੱਕ ਖਾਈ ਜਾਂਦੇ। ਉਹ ਕਹਿੰਦੇ ਹੁੰਦੇ ਵੀ ਖਾਣ ਪੀਣ ਦੀ ਕਪੈਸਿਟੀ ਵਧਾਉਣੀ ਕਿਹੜਾ ਮੁਸ਼ਕਿਲ ਆ, ਬਸ ਅਭਿਆਸ ਚਾਹੀਦਾ। ਖਾਂਦੇ ਖਾਂਦੇ ਫਿਰ ਕਦੀ ਨੀ ਉਹ ਕਹਿੰਦੇ ਕਿ ਮੈਂ ਥੱਕ ਮੈਂ ਰੱਜ ਗਿਆ। ਜਦੋਂ ਕਹਿਣਗੇ ਇਹ ਕਹਿਣਗੇ ਵੀ ਮੈਂ ਹੁਣ ਨਾ ਥੱਕ ਗਿਆ, ਹੁਣ ਬਸ ਕਰੋ ਕੁੜੀਓ, ਉਹ ਨਾ ਰੋਟੀ ਪਕਾਈ ਚਲੋ, ਕਰੋ ਆਰਾਮ ਤੁਸੀਂ ਵੀ, ਫਿਰ ਦੁਪਹਿਰ ਦੇ ਵੀ ਪਕਾਉਣੀ। ਇੱਕ ਸੀਪ ਬੜੀ ਖੇਡਦੇ ਆ ਜੀ, ਉਹ ਗੇਮ ਹੁੰਦੀ ਆ ਪਲੇ ਕਾਰਡ ਦੀ, ਸੀਪ ਤਾਸ਼ ਖੇਡਦੇ ਆ, ਤੇ ਉਹ ਤਾਸ਼ ਜਦੋਂ ਖੇਡਦੇ ਆ ਤੇ ਉੱਥੇ ਤਕਰੀਬਨ ਬੋਰਡ ਦੇ ਥੱਲੇ ਆ ਸਾਡੇ ਜਿਹੜਾ ਪਿੰਡ ਹੈਗਾ, ਤੇ ਬੋਰਡ ਦੇ ਥੱਲੇ ਉਹ ਸੀਪ ਖੇਡਦੇ ਆ, ਰੌਲਾ ਰੋਜ਼ ਹੀ ਪੈ ਜਾਂਦਾ, ਲਾਲਾ ਲਾਲਾ ਹੋ ਜਾਂਦੀ, ਪੱਤਾ ਗਲਤ ਸੁੱਟਦਾ, ਆਹ ਕਰਦਾ ਉਹ ਕਰਦਾ। ਉਹਨੂੰ ਇੱਕ ਦਿਨ ਕਹਿੰਦੇ ਵੀ ਇੱਕ ਵਲੈਤੀਆ ਹੈਗਾ ਸਾਡੇ ਪਿੰਡੋਂ ਅਵਤਾਰ, ਤੇ ਉਹ ਉਹਨੂੰ ਕਹਿੰਦਾ ਵੀ ਮੰਨ ਲਿਆ ਤੂੰ ਗਲਤ ਪੱਤਾ ਸੁੱਟਦਾ, ਤੂੰ ਚੀਟਿੰਗ ਕਰਦਾ, ਤੂੰ ਸਹੀ ਨੀ ਖੇਡਦਾ, ਤੈਨੂੰ ਪਤਾ ਹੀ ਨੀ ਸੀਪ ਦਾ ਖੇਡਣ ਦਾ। ਕਹਿੰਦਾ ਵੀ ਤਿੰਨ ਜ਼ਿੰਦਗੀ ਚ ਤਿੰਨ ਕੰਮ ਸਿੱਖੇ ਆ ਮੈਂ, ਉਹਦੇ ਚ ਕਦੀ ਮਾਰ ਨੀ ਖਾਧੀ। ਉਹ ਕਹਿੰਦੇ ਸਾਰੇ ਕਹਿੰਦੇ ਵੀ ਤਿੰਨ ਕੰਮ ਕਿਹੜੇ ਸਿੱਖ ਲੈ? ਕਹਿੰਦਾ ਇੱਕ ਰੱਜ ਕੇ ਜਲ ਪਾਣੀ ਛਕਣਾ, ਦੂਸਰਾ ਕਹਿੰਦਾ ਦਾਰੂ ਪੀਣੀ, ਕਹਿੰਦੇ ਫਿਰ ਤੀਜੀ ਆ ਕਿਹੜਾ? ਕਹਿੰਦਾ ਤੀਜੀ ਤੇਰੀ ਮਾਂ ਸੀਪ, ਉਹਦੀ ਮਾਂ ਬਣਾ ਤੀ। ਹਾਂਜੀ, ਤੇ ਆਮ ਤੌਰ ਤੇ ਲੋਕੀ ਕਹਿਣਗੇ ਨਾ ਮੇ ਵਰਡ ਵੀ ਯੂਜ਼ ਕਰਦੇ ਆ ਵੀ ਫਲਾਣੇ ਦੀ ਸੀਪ ਲਾਉਣੀ ਆ। ਹਾਂਜੀ, ਕਿੰਨਾ ਵੀ ਬਿਮਾਰ ਹੋ ਜਾਵੇ ਬਾਲਸੋਂ ਤੇ ਉਹਨੂੰ ਸੁਰਤੀ ਪੂਰੀ ਰਹਿੰਦੀ ਆ। ਇਹ ਕਾਫੀ ਦੇਰ ਦੀ ਗੱਲ ਆ, ਉਦੋਂ ਕਾਰਾਂ ਕੂਰਾਂ ਨਹੀਂ ਸੀ ਹੁੰਦੀਆਂ, ਤੇ ਇੱਥੋਂ ਸਾਡੇ ਸ਼ਾਹਪੁਰ ਤੋਂ ਉਹਨੂੰ ਬਿਮਾਰ ਪੈ ਗਿਆ, ਕਾਫੀ ਸੀਰੀਅਸ ਹੋ ਗਿਆ। ਉਹਨੂੰ ਬੱਸ ਤੇ ਲੱਦ ਲਿਆ, ਪੰਜਾਂ ਛੇ ਜਣਿਆਂ ਨੇ ਮਸੀ ਲੱਦਿਆ, ਡੇਢ ਕੁਇੰਟਲ ਭਾਰ ਆ, ਟੁੱਟੀ ਜੀ ਬੱਸ ਸੀਗੀ, ਉਹ ਕਦੀ ਇੱਥੇ ਰੁਕ ਗਈ ਕਦੀ ਉੱਥੇ ਰੁਕ ਗਈ, ਤੇ ਉਹ ਹਰ ਜਗ੍ਹਾ ਪੁੱਛ ਲਿਆ ਕਰੇ ਮੁੰਡਿਆਂ ਨੂੰ, ਪੁੱਛ ਲਿਆ ਜਗਜੀਤ ਕਿਹੜਾ ਪਿੰਡ ਆ ਬਈ? ਉਹ ਕਹਿੰਦੇ ਬਾਪੂ ਚੁੱਪ ਕਰ, ਰੌਲਾ ਨਾ ਪਾ, ਪਾਣੀ ਪਾ ਉਹ ਮੁੰਡਿਆਂ ਦੇ ਮੂੰਹ 'ਚ। ਉਹ ਫੇਰ ਪੁੱਛ ਲਿਆ ਕਰੇ ਅਗਲੇ ਅੱਡੇ ਤੇ ਕਿਹੜਾ ਅੱਡਾ ਦੱਸੀ ਮੈਨੂੰ, ਫੇਰ ਮੈਂ ਦੱਸਿਆ ਕਰ। ਅਖੀਰ ਤੇ ਆ ਗਏ ਉਹ ਇੱਕ ਅੱਡੇ ਤੇ, ਬੱਸ ਰੁਕੀ, ਕਹਿੰਦਾ ਪੁੱਤ ਇਹ ਦੱਸ ਦੇ ਵੀ ਅੱਡਾ ਕਿਹੜਾ? ਉਹ ਕਹਿੰਦਾ ਬਾਪੂ ਤੂੰ ਕੀ ਲੈਣਾ,
ਇਹਦਾ ਚੱਲ ਇਹ ਦੱਸ ਦੇ ਵੀ ਠੇਕਾ ਕਿਹੜੇ ਬੰਨੇ ਆ, ਸੱਜੇ ਬੰਨੇ ਖੱਬੇ ਬੰਨੇ? ਤਾਂ ਖੱਬੇ ਬੰਨੇ ਲੈ ਫੇਰ ਤਾਂ ਪ੍ਰਤਾਪਪੁਰਾ ਕੇ ਫੇਰ ਤਾਂ ਪਹੁੰਚ ਗਏ ਜਲੰਧਰ ਆਪਾਂ, ਯਾਨੀ ਕਿ ਠੇਕੇ ਦੇ ਹਿਸਾਬ ਨਾਲ ਉਹਨੂੰ ਪਤਾ ਸੀ ਪਿੰਡਾਂ ਦਾ, ਫਲਾਣੇ ਪਿੰਡ ਖੱਬੇ ਪਾਸੇ ਠੇਕਾ ਹੈ, ਫਲਾਣੇ ਪਿੰਡ ਖੱਬੇ ਪਾਸੇ ਠੇਕਾ। ਪਹਿਲੇ ਲੋਕੀ ਇਸ ਤਰ੍ਹਾਂ ਹੀ ਨਿਸ਼ਾਨੀਆਂ ਰੱਖ ਲੈਂਦੇ ਸੀ ਨਾ ਜਗ੍ਹਾ ਦੀਆਂ, ਜੇ ਨਹੀਂ ਸੀ ਪੜ੍ਹਨਾ ਆਉਂਦਾ ਤੇ। ਹਾਂਜੀ, ਤੇ ਬੱਸ ਤੋਂ ਗੱਲ ਚੇਤੇ ਆ ਗਈ ਤੰਜੂ ਸਾਹਿਬ, ਹੈ ਨਾ? ਹਾਂਜੀ, ਉਹ ਸੁਣਾਈ ਨਾ ਤੁਹਾਨੂੰ ਬੱਸ ਦੀ ਗੱਲ, ਬੜੀ ਇੰਟਰਸਟਿੰਗ ਹੈ। ਮੈਂ ਚੱਲਿਆ ਇੰਗਲੈਂਡ ਤੇ ਉੱਥੇ ਵਿਹਲਾ ਸੀਗਾ, ਬੈਠੇ ਸੀ ਤੇ ਜਿਹਨਾਂ ਕੋਲ ਗਿਆ ਸੀ ਉਹਨਾਂ ਨੇ ਨਾ ਕਿਸੇ ਦੋਸਤ ਨੂੰ ਕਹਿਤਾ ਵੀ ਜਾ ਇਹਨੂੰ ਤੂੰ ਘੁਮਾ ਫਰਾ ਲਿਆ ਬਰਮਿੰਗਮ, ਹੈ ਨਾ? ਤੇ ਉਹ ਵਾਲਸਰ ਤੋਂ ਅਸੀਂ ਬਰਮਿੰਗਮ ਨੂੰ ਜਾਣਾ ਸੀਗਾ, ਜਿੱਥੋਂ ਟ੍ਰੇਨ ਲਈ ਚਲੇ ਗਿਆ। ਕਹਿੰਦੇ ਕਿੱਥੇ ਕੀ ਦੇਖਣਾ? ਮੈਂ ਕਿਹਾ ਵੀ ਉੱਥੇ ਲਾਇਬ੍ਰੇਰੀ ਹੈ, ਇੱਕ ਲਾਇਬ੍ਰੇਰੀ ਦੇਖਣੀ ਚਾਹੁੰਦਾ ਮੈਂ, ਹੈ ਨਾ, ਵੀ ਲਾਇਬ੍ਰੇਰੀ ਚ ਕੋਈ ਨਾ ਕੋਈ ਵੀ ਕੀ ਹੈਗਾ, ਕੋਈ ਚੀਜ਼ ਲੱਭ ਹੋਵੇ ਜਾਂ ਕਿੱਦਾਂ, ਹੈ ਨਾ? ਅਸੀਂ ਉੱਥੇ ਘੁੰਮਦੇ ਫਿਰਦੇ ਰਹੇ, ਲਾਇਬ੍ਰੇਰੀ ਚ ਟਾਈਮ ਲਾਇਆ ਤੇ ਸਾਨੂੰ 3-4 ਘੰਟੇ ਲੱਗ ਗਏ। ਜਦੋਂ ਵਾਪਸ ਆਉਣ ਲੱਗੇ ਨਾ ਟ੍ਰੇਨ ਤੇ ਉਹ ਕਹਿੰਦੇ ਜੀ ਟ੍ਰੇਨਾਂ ਬੰਦ ਹੋ ਗਈਆਂ, ਵੀ ਰੇਲਵੇ ਦੀ ਨਾ ਰਿਪੇਅਰ ਹੋਣ ਲੱਗੀ ਹੈ ਤੇ ਟ੍ਰੇਨਾਂ ਬੰਦ ਹੋਣੀਆਂ, ਤੁਹਾਡੇ ਕੋਲ ਟਿਕਟ ਜਿਹੜੀ ਹੈ ਟਿਕਟ ਦੇ ਨਾਲ ਤੁਸੀਂ ਬੱਸ ਤੇ ਜਾ ਸਕਦੇ ਹੋ। ਬੇਸੇ ਨਾਲ ਉਹਨਾਂ ਦੀ ਜੋ ਸਰਕਾਰੀ ਬੱਸ ਸੀਗੀ ਤੇ ਉਹ ਅਸੀਂ ਉਹਦੇ ਵਿੱਚ ਬੈਠ ਗਏ ਤੇ ਬੱਸ ਚੱਲ ਪਈ। ਹੌਲੀ ਹੌਲੀ ਕੀ ਹੋਇਆ ਕਿ ਬੱਸ ਜਾਈ ਜਾਵੇ ਸਵਾਰੀਆਂ ਉਤਰੀ ਜਾਣ ਤੇ ਐਂਡ ਤੇ ਕੀ ਹੋਇਆ, ਅਸੀਂ ਇਕੱਲੇ ਹੀ ਰਹਿ ਗਏ ਦੋਨੇ ਜਣੇ, ਤੇ ਦੋਨੇ ਜਣੇ ਇਕੱਲੇ ਰਹਿ ਗਏ ਤੇ ਬੱਸ ਜਾਈ ਜਾਵੇ ਤੇ ਸਾਨੂੰ ਕਹੇ ਇੰਨੀ ਦੇਰ ਹੋ ਗਈ ਸਟੇਸ਼ਨ ਅੱਡਾ ਹੀ ਨੀ ਆਇਆ, ਹੈ ਨਾ, ਵੀ ਸਾਡੇ ਵਾਲਾ। ਤੇ ਉਹਨੂੰ ਮੈਂ ਬੰਦੇ ਨੂੰ ਪੁੱਛਿਆ ਨਾਲ ਦੇ ਨੂੰ, ਮੈਂ ਕਿਹਾ ਤੈਨੂੰ, ਕਹਿੰਦਾ ਯਾਰ ਬੱਸ ਚ ਮੈਂ ਵੀ ਨੀ ਕਦੇ ਆਇਆ ਤੇ ਮੈਨੂੰ ਵੀ ਨੀ ਪਤਾ ਵੀ ਬੱਸ ਕਿੱਧਰ ਦੀ ਜਾ ਰਹੀ ਆ, ਹੈ ਨਾ? ਤੇ ਕਰਦੇ ਕਰਦੇ ਜਦ ਕਾਫੀ ਦੇਰ ਹੋ ਗਈ, ਮੈਂ ਕਿਹਾ ਵੀ ਕੋਈ ਗੜਬੜ ਹੈ, ਵੀ ਇੰਨੀ ਦੇਰ ਤਾਂ ਲੱਗਣੀ ਨੀ ਚਾਹੀਦੀ। ਤੇ ਅਸੀਂ ਮੈਂ ਡਰਾਈਵਰ ਨੂੰ ਪੁੱਛ ਲਿਆ, ਮੈਂ ਕਿਹਾ ਵੀ ਇਹ ਬੱਸ ਕਦੋਂ ਕੁ ਪਹੁੰਚੂਗੀ? ਕਹਿੰਦਾ ਅਸਲ ਚ ਕਹਿੰਦਾ ਮੈਨੂੰ ਰਾਹ ਭੁੱਲ ਗਿਆ। ਡਰਾਈਵਰ ਕਹਿੰਦਾ ਹੈ ਗਿਆ ਵੀ ਤੂੰ ਲੋਕਲ ਬੱਸ ਚਲਾਉਣਾ, ਤੈਨੂੰ ਰਾਹ ਕਿੱਦਾਂ ਭੁੱਲ ਗਿਆ? ਕਹਿੰਦਾ ਮੈਂ ਕਦੇ, ਕਹਿੰਦਾ ਇਸ ਰੂਟ ਤੇ ਆਇਆ ਨੀ, ਕਹਿੰਦਾ ਤੇ ਆਇਆ ਨੀ, ਕਹਿੰਦਾ ਤੇ ਮੈਂ ਅੱਜ ਪਹਿਲੀ ਵਾਰੀ ਮੇਰੀ ਡਿਊਟੀ ਲੱਗੀ ਆ ਤੇ ਰਾਹ ਦਾ ਮੈਨੂੰ ਪਤਾ ਨੀ, ਕਹਿੰਦਾ ਮੈਂ ਤੁੱਕਾ ਲਾ ਰਿਹਾ ਵੀ ਕਿੱਧਰ ਦੀ ਜਾਵਾਂ। ਮੈਂ ਕਿਹਾ ਚੰਗਾ ਐਂ ਕਰ, ਹੁਣ ਚੱਲੀ ਚੱਲ ਵੀ ਅਸੀਂ ਦੇਖਦੇ ਹਾਂ। ਉਹ ਹੋਇਆ ਕਿ ਇੱਕ ਥਾਂ ਆਈ ਤੇ ਮੈਂ ਉਹਨੂੰ ਕਿਹਾ ਰੋਕ ਲਾ, ਤੇ ਉਹਨੇ ਵਿਚਾਰੇ ਨੇ ਬੱਸ ਰੋਕ ਲਈ। ਕਹਿੰਦਾ ਕੀ ਹੋਇਆ? ਮੈਂ ਕਿਹਾ ਵੀ ਉਹ ਜਿਹੜਾ ਨਾ ਸ਼ੈਡ ਆ ਨਾ, ਮੈਂ ਉੱਥੇ ਖੜ ਕੇ ਨਾ ਪਿੱਛੇ ਬਾਰਨ ਦੀਆਂ ਫੋਟੋਆਂ ਖਿੱਚਦਾ ਰਿਹਾ, ਬਾਰਨ ਸ਼ੈਡ ਦੀਆਂ, ਤੇ ਮੈਂ ਸਵੇਰੇ ਸੈਰ ਕਰ ਰਿਹਾ ਤੇ ਮੈਨੂੰ ਪਛਾਣ ਆ ਗਈ ਵੀ ਇਸ ਜਗ੍ਹਾ ਤੋਂ ਮੈਂ ਵਾਪਸ ਘਰ ਜਾ ਸਕਦਾ। ਡਾਕਟਰ ਇੰਦਰਜੀਤ ਸੋਚ ਰਹੇ ਨੇ ਕਿ ਉਹਨਾਂ ਨੂੰ ਕੋਈ ਆਇਆ ਲੱਗਦੀ ਹੈ, ਕੋਈ ਗੁਸਤਾਖੀ ਆਉਂਦੀ ਹੈ ਬੱਸ ਦੀ। ਇੱਕ ਹੋਰ ਸੁਣਾ, ਉਹ ਵੀ ਕਮਾਲ ਦੀ ਇੰਦਰਜੀਤ ਜੀ, ਮੈਂ 1990 ਚ USA ਗਿਆ ਤੇ ਉੱਥੇ ਨਾ ਇੱਕ ਟਿਕਟ ਲੈ ਲਈ, ਟਿਕਟ ਆਉਂਦੀ ਸੀ $400 ਦੀ, ਜਿਹਦੇ ਚ ਅਨਲਿਮਿਟਡ ਮਾਈਲੇਜ, ਅਨਲਿਮਿਟਡ ਡੈਸਟੀਨੇਸ਼ਨ 1 ਮਹੀਨਾ ਹੁੰਦੇ ਆ। ਤੇ ਮੈਂ ਬੱਸ ਬੈਠਿਆ ਤੇ ਜਦੋਂ ਬੱਸ ਟੈਕਸਸ ਪਹੁੰਚੀ ਨਾ ਤੇ ਉੱਥੇ ਰੁਕੀ, ਚਾਹ ਪਾਣੀ ਲਈ ਰੁਕਦੇ ਹੁੰਦੇ ਬੱਸਾਂ ਵਾਲਿਆਂ ਦੇ, ਉੱਥੇ ਇੱਦਾਂ ਹੀ ਅੱਡੇ ਆ ਜਿੱਦਾਂ ਆਪਣੇ ਵਾਲਿਆਂ ਦੇ, ਉਹ ਮਹਿੰਗੇ ਹੁੰਦੇ ਆ ਢਾਬੇ, ਸਾਰੇ ਮਹਿੰਗੇ ਹੁੰਦੇ ਉੱਥੇ ਵੀ, ਇਹੀ ਹਾਲ ਹੈ ਡਰਾਈਵਰਾਂ ਦੀ, ਉਹ ਇੱਕੋ ਹੀ ਬਿਰਤੀ ਆ ਉਹਨਾਂ ਦੀ ਸਾਰਿਆਂ ਦੀ। ਤੇ ਉੱਥੇ ਰੁਕ ਗਏ ਤਾਂ ਉੱਥੇ ਰੁਕ ਕੇ ਤੇ ਮੈਂ ਉਹ ਸਾਹਮਣੇ ਇੱਕ ਦੁਕਾਨ ਸੀਗੀ, ਮੈਂ ਕਿਹਾ ਚੱਲ ਮੈਂ ਬਰਗਰ ਉੱਥੋਂ ਲੈ ਲੈਣਾ। ਮੈਂ ਭਾਈ ਬਰਗਰ ਉੱਥੋਂ ਲੈਣ ਚਲੇ ਗਿਆ, ਉੱਥੇ 2-4 ਮਿੰਟ ਫਾਲਤੂ ਲੱਗ ਗਿਆ। ਜਦ ਮੈਂ ਮੁੜ ਕੇ ਆਇਆ ਤੇ ਉਹ ਜਿਹੜੀ ਜਿੱਥੇ ਬੱਸ ਰੁਕਦੀ ਆ ਉੱਥੇ ਜਿਹੜੀ ਕਾਫੀ ਸ਼ਾਪ ਸੀ, ਮੈਂ ਉਹਨੂੰ ਕਿਹਾ ਮੈਨੂੰ ਕਾਫੀ ਦੇ ਦੇ। ਉਹ ਕੁੜੀ ਮੈਨੂੰ ਕਹਿੰਦੇ, ਕਹਿੰਦੇ ਤੁਸੀਂ, ਕਹਿੰਦੇ ਆਹ ਬੱਸ ਚ ਨੀ ਜਾਣਾ ਸੀਗਾ, ਆਹ ਬੱਸ ਜਿਹੜੀ ਸੀਗੀ ਉਹਦੀ ਨੀ ਸਵਾਰੀਆਂ ਸੀ? ਮੈਂ ਕਿਹਾ ਹਾਂ ਮੈਂ ਉਹਦੀ ਸਵਾਰੀ ਆ। ਕਹਿੰਦੇ ਇਟਸ ਗੋਨ, ਵੀ ਉਹ ਤਾਂ ਚਲੇ ਗਈ। ਮੈਂ ਕਿਹਾ ਯਾਰ ਇੱਥੇ ਏਡੀ ਦੂਰ ਪ੍ਰਦੇਸ਼ ਚ ਜਿੱਥੇ ਕੋਈ ਕੋਈ ਨੀ ਹੈਗਾ, ਤੇ ਮੇਰੇ ਪੱਗ ਵੀ ਨਾ ਬੰਨੀ ਹੋ, ਮੇਰੇ ਉਦਾਂ ਹੀ ਸਿਰ ਤੇ ਮਾੜਾ ਜਿਹਾ ਸਾਫਾ ਬੰਨਿਆ ਆ ਤੇ ਨਿੱਕਰ ਪਾਈ ਹੋ। ਮੈਂ ਫਟਾਫਟ ਪਹਿਲਾਂ ਜੇਬ ਚ ਹੱਥ ਮਾਰਿਆ, ਮੈਂ ਕਿਹਾ ਵੀ ਕੋਈ ਹੈਗਾ ਜੇਬ ਚ ਕੁਛ? ਤੇ ਜਾਨੂੰ ਮੈਂ ਦੇਖਿਆ ਵੀ ਬੱਸ ਨਾ ਸਾਹਮਣੇ ਕੋਈ 1.5-2 ਫਲਾਣ ਤੇ
ਲਾਈਟਾਂ ਤੇ ਖੜੀ ਆ, ਲਾਲ ਬੱਤੀ ਹੋਈ ਆ। ਮੈਂ ਕਿਹਾ ਮਿੱਤਰਾ ਦੌੜ ਲਾ ਮਗਰ, ਤੇ ਇੱਕ ਹੱਥ ਚ ਮੇਰੇ ਬਰਗਰ, ਇੱਕ ਹੱਥ ਚ ਕੌਫੀ, ਤੇ ਮੈਂ ਮਗਰ ਦੌੜਿਆ। ਤੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਡਰਾਈਵਰ ਬਾਹਰ ਖੜਾ, ਤੇ ਮੈਂ ਕਿਹਾ ਸ਼ੁਕਰ ਹੈ, ਮੈਂ ਕਿਹਾ ਵੀ ਬੱਸ ਰੁਕੀ। ਉਹ ਮੈਨੂੰ ਦੇਖ ਕੇ ਕਹਿੰਦਾ, ਕਹਿੰਦਾ ਆ ਜਾ ਆ ਜਾ ਆ ਜਾ, ਕਹਿੰਦਾ ਕਹਿੰਦਾ ਆਈ ਐਮ ਵੈਰੀ ਸੋਰੀ, ਕਹਿੰਦਾ ਆਈ ਐਮ ਵੈਰੀ ਸੋਰੀ। ਮੈਂ ਬੜਾ ਹੈਰਾਨ, ਮੈਂ ਕਿਹਾ ਵੀ ਇਹ ਸੋਰੀ ਕਹੀ ਜਾਂਦਾ। ਉਹ ਕਹਿੰਦਾ ਮੈਂ ਅਸਲ ਚ ਕਹਿੰਦਾ ਗਿਣਨਾ ਭੁੱਲ ਗਿਆ ਪੈਸੰਜਰ ਆਪਣੇ। ਮੈਂ ਕਿਹਾ ਸ਼ੁਕਰ ਹੈ, ਮੈਂ ਕਿਹਾ ਅਮਰੀਕਾ ਸੀ ਸਾਡੇ ਇੰਡੀਆ ਜਾਂਦਾ, ਤੇ ਪਹਿਲੀ ਗੱਲ ਤਾਂ ਉਹਨੇ ਬੱਸ ਨੀ ਸੀ ਰੋਕਣੀ, ਮੁੜ ਕੇ ਜੇ ਰੋਕ ਲੈਂਦਾ ਤਾਂ ਉਹਨੇ ਮੈਨੂੰ 10 ਗਾਹ ਕੱਢਣੀਆਂ ਸੀ। ਮੈਂ ਕਿਹਾ ਫਰਕ ਹੁੰਦਾ ਜਦੋਂ ਉੱਥੇ ਬੈਠੇ, ਤਾਂ ਏਦਾਂ ਉਹ ਬੱਸ ਦਾ ਸਫ਼ਰ ਅਗਲਾ ਫਿਰ ਜਿਹੜਾ ਸੀਗਾ ਫੋਨ ਕਰਨ ਨੂੰ ਲਾ ਕੇ ਕਹਿੰਦੀ ਮੈਂ ਡੋਕੋ ਲਾਈ ਆ ਬੈਡ ਬਸ। ਮੈਂ ਸੋਚਿਆ, ਮੈਂ ਕਿਹਾ ਪਤਾ ਨੀ ਕਿਹੜੀ ਭਾਸ਼ਾ ਬੋਲ ਰਹੀ। ਜਦੋਂ ਉਹਦੀ ਵਾਰੀ ਆਈ ਮੈਨੂੰ ਕਹਿੰਦੀ ਮੈਨੂੰ ਕੋਸਟ ਬਹੁਤ, ਮੈਨੂੰ ਸਮਝ ਨੀ ਆਈ ਕਹਿਣਾ ਕੀ ਚਾਹੁੰਦੀ। ਮੈਂ ਕਿਹਾ ਚਲੋ ਆਪਣੀ ਅਗਿਆਨਤਾ ਛੋੜਦੇ ਛੋੜਦੀ। ਮੈਂ ਕਿਹਾ ਕਹਿੰਦੀ ਹੈ ਤਾਂ ਬਚ ਤੋਂ। ਮੈਂ ਕਿਹਾ ਜੀ ਮੈਨੂੰ ਸਮਝ ਨੀ ਆ ਰਹੀ ਭਾਸ਼ਾ ਬੋਲ ਰਹੇ ਹੋ। ਕਹਿੰਦੀ ਪੁਰਾਣੇ ਬੰਦਿਆਂ ਦਾ ਇਹੋ ਤਾਂ ਹੈ, ਇਹਨਾਂ ਨੂੰ ਨਵੀਂ ਭਾਸ਼ਾ ਦਾ ਪਤਾ ਹੀ ਨਹੀਂ ਹੁੰਦਾ, ਇਹ ਸ਼ਾਰਟਕੱਟ ਭਾਸ਼ਾ। ਮੈਂ ਕਿਹਾ ਜੀ ਮੈਨੂੰ ਦੱਸੋ ਮਤਲਬ ਕੀ ਨੇ। ਕਹਿੰਦੀ ਡੋਕ ਮੀਨ ਡਾਕਟਰ, ਮੈਡ ਮੀਨ ਮੈਡੀਸਨ, ਤੇ ਕੋਸਟ ਮੀਨ ਕੋਨਸਟੀਪੇਸ਼ਨ। ਤੇ ਮੈਂ ਕਿਹਾ ਬਚ ਕੀ ਆ? ਕਹਿੰਦੀ ਬਚ ਮੀਨ ਬਚਪਨ ਤੋਂ। ਮੈਂ ਕਿਹਾ ਅੱਛਾ ਜੀ। ਮੈਂ ਉਹਨੂੰ ਦਵਾਈ ਦਿੱਤੀ, ਕਹਿੰਦੀ ਡਾਕਟਰ ਇਹ ਦਵਾਈ ਖਾਣੀ ਕਿਵੇਂ ਆ? ਮੈਂ ਕਿਹਾ ਚਾਗੋਸ ਚਾਗੋਦ ਚਾਗੋਰਾ। ਕਹਿੰਦੀ ਇਹ ਕਿਹੜੀ ਆਦਿਵਾਸੀ ਵਾਲੀ ਭਾਸ਼ਾ ਬੋਲ ਰਹੇ? ਮੈਂ ਕਿਹਾ ਬਸ ਚਾਗੋਦ ਚਾਗੋਦ ਚਾਗੋਰਾ। ਕਹਿੰਦੇ ਮੈਨੂੰ ਸਮਝ ਨੀ ਲੱਗੀ। ਮੈਂ ਕਿਹਾ ਭਾਈ ਤੇਰੇ ਵਾਲੀ ਕੁੜੀਏ ਭਾਸ਼ਾ ਹੈ, ਮੈਂ ਉਸੇ ਵਿੱਚੋਂ ਸਿੱਖੀ, ਤੇਰੇ ਤੋਂ ਹੀ ਸਿੱਖੀ ਆ। ਕਹਿੰਦੀ ਮਤਲਬ ਕੀ ਆ? ਮੈਂ ਕਿਹਾ ਚਾਗੋਸ ਚਾਰ ਗੋਲੀਆਂ ਸਵੇਰੇ, ਚਾਗੋਦ ਚਾਰ ਗੋਲੀਆਂ ਦੁਪਹਿਰੇ, ਚਾਗੋਰਾ ਚਾਰ ਗੋਲੀਆਂ ਰਾਤ ਨੂੰ। ਹੱਸਣ ਲੱਗ ਪਈ। ਕਹਿੰਦੀ ਡਾਕਟਰ ਸਾਹਿਬ ਤੁਸੀਂ ਬੜੇ ਫਨੀ ਹੋ। ਮੈਂ ਕਿਹਾ ਹੁਣ ਇਹ ਵੀ ਮੈਨੂੰ ਦੱਸ ਵੀ ਇਹ ਫਨੀ ਹਾਸੇ ਮਜ਼ਾਕ ਵਾਲਾ ਕਿਹਾ ਕਿ ਫਨੀ ਵੀ ਸ਼ਾਰਟਕੱਟ ਜਾਂ ਫਨੀਅਰ ਦਾ? ਮੈਂ ਕਿਹਾ ਫਨੀ ਜਿਹੜਾ ਵਰਡ ਯੂਜ ਕਰ ਰਹੇ ਆ ਕਿ ਇਹ ਮੈਨੂੰ ਨੀ ਸਮਝ ਲੱਗ ਰਹੀ ਹੈਨਾ, ਕਈ ਵਾਰੀ ਇਸ ਤਰ੍ਹਾਂ ਮੈਂ ਸ਼ਰਮ ਮਹਿਸੂਸ ਕਰੀਦੀ ਆ ਪੁੱਛਣ ਲਈ ਕਿ ਇਹਦੀ ਮਤਲਬ ਕਿ ਫੁੱਲ ਫਾਰਮ ਦੱਸਿਓ ਕੀ ਆ। ਕਈਆਂ ਨੂੰ ਵੈਸੇ ਉਹਦਾ ਨਹੀਂ ਪਤਾ ਹੁੰਦਾ। ਕਈ ਮੈਰਿਜ ਦੀ ਵਧਾਈ ਦੇਣਗੇ ਤੇ ਲਿਖ ਦੇਣਗੇ ਮਰਗ ਦੀ ਵਧਾਈ। ਮੈਂ ਸੋਚਿਆ ਮੈਂ ਇਹ ਸ਼ਾਰਟਕੱਟ ਮੈਰਿਜ ਨੂੰ ਮਰਗ ਲਿਖ ਦਿੰਦੇ ਆ। ਠੀਕ ਹੈ ਜੀ, ਉਹ ਕਈ ਵਾਰੀ ਸਹੀ ਕੰਮ ਕਰਦੇ ਕਰਦੇ ਫਿਰ ਗਲਤ ਵੀ ਹੋ ਹੀ ਜਾਂਦਾ ਹੈ ਨਾ। ਜ਼ਿੰਦਗੀ ਦਾ ਹਿੱਸਾ ਜੀ, ਜ਼ਰੂਰੀ ਹੈ। ਇਹਦੇ ਨਾਲ ਤੁਹਾਡੀਆਂ ਸਾਰੀਆਂ ਨਾਲੀਆਂ ਖੁੱਲ ਜਾਂਦੀਆਂ, ਕੰਮ ਹੋ ਜਾਂਦੇ ਆ ਤੇ ਉਹ ਫਿਰ ਕਈ ਵਾਰੀ ਫੋਨ ਦੇ ਉੱਤੇ ਮੈਂ ਤੇ ਉਹਨਾਂ ਨਾਲ ਗੱਲ ਕਰਾਂ ਤੇ ਫਿਰ ਇੰਨਾ ਕੁ ਹੱਸੀ ਦਾ ਹੈ ਨਾ, ਤੇ ਫਿਰ ਬਾਅਦ ਚ ਅਸੀਂ ਕਹੀਦਾ ਅੱਛਾ ਹੱਸਣਾ ਵੀ ਵਧੀਆ ਹੁੰਦਾ। ਸਾਡੇ ਗਰੁੱਪ ਦੇ ਵਿੱਚ ਇੱਕ ਰਾਈਟਰ ਨੇ ਪੰਜਾਬੀ ਦੇ, ਕਵੀ ਨੇ, ਉਹਨਾਂ ਦਾ ਨਾਂ ਹੈ ਕਰਨਜੀਤ ਦਰਦ। ਉਹ ਵੀ ਗੁਸਤਾਖੀਆਂ ਕਰਦੇ ਨੇ, ਕਰਨਜੀਤ ਦਰਦ। ਇੱਕ ਦਿਨ ਉਹਨਾਂ ਦਾ ਫੋਨ ਆਇਆ, ਸਵੇਰੇ ਸਵੇਰੇ ਫੋਨ ਆਇਆ ਤੇ ਉਹ ਵੱਜ ਕੇ ਹਟ ਗਿਆ, ਬੰਦ ਹੋ ਗਿਆ, ਮੈਂ ਚੁੱਕਿਆ ਨਹੀਂ। ਫਿਰ ਮੈਂ ਜਾ ਕੇ ਕੀਤਾ ਫੋਨ ਤੇ ਮੈਂ ਉਹਦੇ ਨਾਲ ਗੱਲ ਕੀਤੀ। ਉਹ ਕਹਿੰਦਾ ਅਸੀਂ ਆਉਣਾ ਤੁਹਾਡੇ ਕੋਲ, ਸਾਰੀ ਫੈਮਿਲੀ ਨੇ ਆਉਣਾ ਫਰੀਦਕੋਟ ਤੋਂ। ਤੇ ਨਿਸ਼ਚਿਤ ਦੀ ਆਦਤ ਹੈ, ਇਹਨਾਂ ਨੇ ਮੈਨੂੰ ਪੁੱਛਣਾ ਵੀ ਕਿਹਦਾ ਫੋਨ ਸੀ, ਕਿੱਥੋਂ ਆਇਆ ਸੀ। ਤੇ ਕਹਿੰਦੇ ਕਿਹਦਾ ਫੋਨ ਸੀ? ਮੈਂ ਕਿਹਾ ਦਰਦ। ਕੀ ਗੱਲ ਸੀ ਕਹਿੰਦੇ? ਮੈਂ ਕਿਹਾ ਦਰਦ ਸੀ, ਦਰਦ ਸੀਗਾ। ਮੈਂ ਕਿਹਾ ਜਾਣਦੇ ਯਾਰ ਦਰਦ? ਕਹਿੰਦੇ ਕਿੱਥੇ ਸੀ ਦਰਦ? ਮੈਂ ਕਿਹਾ ਫੋਨ ਤੇ ਸੀਗਾ। ਕਹਿੰਦੇ ਨਹੀਂ, ਸਰੀਰ ਚ ਦਰਦ ਕਿੱਥੇ ਸੀ? ਮੈਂ ਕਿਹਾ ਸਰੀਰ ਚ ਦਰਦ ਕਿੱਥੇ ਹੋਣਾ ਵਾ,
ਫੋਨ ਤੇ ਫੋਨ ਆਇਆ ਸੀਗਾ ਉਹਨਾਂ ਦੱਸ ਦਿੱਤਾ ਮੈਂ ਉਹਨਾਂ ਜਵਾਬ ਦੇ ਦਿੱਤਾ ਕਹਿੰਦੀ ਫਿਰ ਸੀਰੀਅਸ ਨਹੀਂ ਲੈਂਦੇ ਤੁਸੀਂ ਦਰਦ ਨੂੰ ਸੀਰੀਅਸ ਨਹੀਂ ਲੈਂਦੇ ਮੈਂ ਕਿਹਾ ਦਰਦ ਨੂੰ ਸੀਰੀਅਸ ਲੈਣਾ ਵਾ ਉਹਨੇ ਆ ਜਾਣਾ 12 ਵਜੇ ਤੱਕ ਕਿਹੜੇ ਦਰਦ ਦੀ ਗੱਲ ਕਰਦੇ ਮੈਂ ਕੱਲ ਜੀ ਦਰਦ ਦੀ ਤੁਸੀਂ ਕਹਿਣਾ ਫਿਰ ਬਾਹਰ ਦੀ ਸੁਣਾਉਣ ਲੱਗ ਪਿਆ ਮੈਂ ਪਰ ਚਲੋ ਆਸਟ੍ਰੇਲੀਆ ਦੀ ਸੁਣਾਉਣੀ ਕਿਉਂਕਿ ਆਸਟ੍ਰੇਲੀਆ 'ਚ ਅਸਲ ਰੇਡੀਓ ਚੱਲਦਾ ਤੇ ਬੜੀ ਆਸਟ੍ਰੇਲੀਆ ਦੀ ਇੱਕ ਨਾਮਵਰ ਹਸਤੀ ਆ ਗਿਆਨੀ ਸੰਤੋਖ ਸਿੰਘ ਹੈਨਾ ਜਾਣਦੇ ਹੋਣਗੇ ਤਕਰੀਬਨ ਜਿੰਨੇ ਆਸਟ੍ਰੇਲੀਆ ਵਾਲੇ ਉਹ ਤਾਂ ਜਾਣਦੇ ਹੀ ਆ ਬਾਕੀ ਵੀ ਜਾਣਦੇ ਆ ਉਹ ਵੀ ਬੜੇ ਕਾਫੀ ਸ਼ੁਕਰੀਆ ਨੇ ਤੇ ਜਦੋਂ ਮੈਂ 2018 ਚ ਗਿਆ ਤੇ ਮੇਰੇ ਨਾਲ ਦਰਸ਼ਨ ਬੜੀ ਸੀ ਸਾਡੇ ਪ੍ਰਭਜੋਤ ਸੰਧੂ ਨੂੰ ਵੀ ਆਪਾਂ ਗਿਆਨੀ ਜੀ ਨੂੰ ਉਹਨਾਂ ਦੇ ਘਰ ਮਿਲ ਕੇ ਆਈ ਕਿਉਂਕਿ ਅਸੀਂ ਪਹਿਲੀ ਵਾਰੀ ਮਿਲਣਾ ਸੀਗਾ ਤੇ ਗਿਆਨੀ ਜੀ ਕਹਿੰਦੇ ਆ ਜਾਓ ਅਸੀਂ ਭਾਈ ਸ਼ਾਮ ਨੂੰ ਜੀ ਗਿਆਨੀ ਜੀ ਕੋਲ ਪਹੁੰਚ ਗਏ ਤੇ ਗਿਆਨੀ ਜੀ ਨਾਲ ਗੱਲਾਂ ਗੁੱਲਾਂ ਕਰਨ ਲੱਗੇ ਤੇ ਇੰਟਰੋਡਿਊਸ ਕਰਾਉਣ ਲੱਗੇ ਪਤਾ ਨੀ ਕੀ ਸਾਡੇ ਦਿਮਾਗ ਚ ਆਈ ਅਸੀਂ ਉਹਨੂੰ ਇਹ ਦੱਸਣ ਦੀ ਬਜਾਏ ਵੀ ਦਰਸ਼ਨ ਬੜੀ ਆ ਅਸੀਂ ਉਹਦੀ ਸ਼ਕਲ ਸੂਰਤ ਏਦਾਂ ਦੀ ਹੋਈ ਆ ਨਿੱਕੇ ਨਿੱਕੇ ਵਾਲ ਤੇ ਸਲਵਾਰ ਦੀ ਪਾ ਲੈਂਦਾ ਹੁੰਦਾ ਅਸੀਂ ਕਿਹਾ ਇਹ ਪਾਕਿਸਤਾਨ ਤੋਂ ਆ ਜੀ ਬਸ਼ੀਰ ਆ ਅੱਛਾ ਉਹਦੀ ਹੁਣ ਸ਼ਕਲ ਸੂਰਤ ਇੱਕ ਉਹ ਐਕਟਰ ਹੋਣ ਕਰਕੇ ਉਹ ਗੱਲਾਂ ਓਦਾਂ ਦੀਆਂ ਕਰਨ ਲੱਗ ਪਿਆ ਲਓ ਜੀ 2-3 ਘੰਟੇ ਰੋਟੀ ਵੀ ਖਾਧੀ ਸਾਰਾ ਕੁਝ ਕੀਤਾ ਤੇ ਗਿਆਨੀ ਜੀ ਨੂੰ ਤੇ ਇੱਕ ਨਾਲ ਉਹਨਾਂ ਦੇ ਹੋਰ ਮਿੱਤਰ ਸੀ ਉਹਨਾਂ ਦੇ ਉਹਨਾਂ ਨੂੰ ਪੱਕਾ ਕਰਤਾ ਵੀ ਇਹ ਪਾਕਿਸਤਾਨ ਤੋਂ ਆਇਆ ਬਸ਼ੀਰਾ ਤੇ ਸੰਧੂ ਸਾਹਿਬ ਕੋਲ ਉਹਨਾਂ ਨੇ ਪਾਕਿਸਤਾਨ ਬਾਰੇ ਗੱਲਾਂ ਪੁੱਛਣੀਆਂ ਸ਼ੁਰੂ ਕਰਤੀਆਂ ਉਹਨੇ ਵੀ ਗਾਂਵ ਗੱਪਾਂ ਜਿਹੜੀਆਂ ਜਾਣੀਆਂ ਸ਼ੁਰੂ ਕਰਤੀਆਂ ਦੂਜੇ ਬੰਦੇ ਨੇ ਜੀ ਪਾਕਿਸਤਾਨੀਆਂ ਦੇ ਉਹ ਮੁਸਲਿਮ ਨੇਮ ਪੁੱਛਣੇ ਸ਼ੁਰੂ ਕਰਤੇ ਉਹਨਾਂ ਨੇ ਉਹ ਵੀ ਕਰਤਾ ਕਿ ਉਹ ਐਕਟਰ ਤਾਂ ਸੀਗਾ ਹੀ ਉਹ ਖਾਸ 2-3 ਘੰਟੇ ਹੋ ਗਏ ਹੁਣ ਮੈਂ ਤੇ ਪ੍ਰਭਜੋਤ ਸੰਧੂ ਅਸੀਂ ਭਾਈ ਹੱਸੀਏ ਇੱਕ ਦੂਜੇ ਕੇ ਵੀ ਇਹ ਕੰਮ ਹੋ ਗਿਆ ਹੁਣ ਖਰਾਬ ਵੀ ਬਜ਼ੁਰਗਾਂ ਨਾਲ ਸ਼ੁਗਲ ਹੋ ਗਿਆ ਜ਼ਿਆਦਾ ਹੁਣ ਦੀ ਇੱਕ ਹੋਰ ਕਹਾਣੀ ਮੈਂ ਕਿਹਾ ਸੰਧੂ ਸਾਹਿਬ ਜੇ ਹੁਣ ਕਹਾਣੀ ਖੋਲਤੀ ਨਾ ਤੇ ਆਪਾਂ ਇੱਥੋਂ ਛਿੱਤਰ ਖਾਂਦੇ ਜਾਵਾਂਗੇ ਵੀ ਹਾਲੇ ਇਹਨੂੰ ਬਸ਼ੀਰੇ ਦੇ ਤੌਰ ਤੇ ਵਾਪਸ ਲੈ ਜਾਓ ਅਸੀਂ ਭਾਈ 9 ਵਜੇ ਨਿਕਲਿਆ ਤੇ ਬਸ਼ੀਰੇ ਦਾ ਬਸ਼ੀਰੇ ਨੂੰ ਲੈ ਕੇ ਤੇ ਅਸੀਂ ਘਰੇ ਆ ਗਏ ਪਤਾ ਨੀ ਕੀ ਹੋਇਆ ਕਿੱਦਾਂ ਹੋਈ ਗਿਆਨੀ ਜੀ ਨੂੰ 10 ਵਜੇ ਸਮਝ ਲੱਗੀ ਰਾਤ ਨੂੰ 10-10:30 ਵਜੇ ਵੀ ਉਹ ਬਸ਼ੀਰਾ ਨੀ ਸੀ ਉਹ ਦਰਸ਼ਨ ਬੜੀ ਸੀਗਾ ਇਹਨਾਂ ਗੱਲ ਕੀਤੀ ਬੜੀ ਆ ਗਿਆਨੀ ਜੀ ਨੇ ਕਰਕੇ ਫੋਨ ਸੰਧੂ ਸਾਹਿਬ ਦੀ ਰਾਤੀ ਕਲਾਸ ਉਹਨਾਂ ਨੇ ਕਹਿੰਦੇ ਵੀ ਹੁਣ ਮੈਨੂੰ ਫੋਨ ਤੇ ਗੱਲ ਕਰਾ ਵੀ ਉਹਨਾਂ ਨਾਲ ਹੁਣੇ ਉਹ ਕਹਿੰਦੇ ਜੀ ਉਹ ਕੁੰਡੀ ਲਾ ਕੇ ਸੁੱਤੇ ਪਏ ਆ ਉਹਨੇ ਸਾਨੂੰ ਬਚਾ ਲਿਆ ਅਸੀਂ ਕਿਹਾ ਫਿਰ ਨਾਲੇ ਉਹ ਆ ਗਿਆ ਕਹਿੰਦਾ ਵੀ ਭਾਈ ਹੁਣ ਸਵੇਰੇ ਪੈਣੀਆਂ ਆਪਾਂ ਨੇ ਜੁੱਤੀਆਂ ਵੀ ਆਪਾਂ ਬਜ਼ੁਰਗਾਂ ਦੀ ਬਜ਼ੁਰਗਾਂ ਦੇ ਕਰਕੇ ਬਾਹਲੇ ਉਹਨਾਂ ਦੀ ਕਲਾਸ ਲਾ ਕਰਤਾ ਏਦਾਂ ਤੇ ਹੁਣ ਉਹ ਪੂਰੇ ਤਪੇ ਹੋਏ ਆ ਮੈਂ ਕਿਹਾ ਜੀ ਕੋਈ ਗੱਲ ਚਲੋ ਚਲੋ ਇਹ ਮਾਏ ਉਹ ਵੀ ਸਵੇਰੇ ਮੰਗ ਲਈ ਵੀ ਗਲਤੀ ਹੋ ਗਈ ਤੇ ਸ਼ਾਮ ਨੂੰ ਕਹਿੰਦੇ ਚਲੋ ਅੱਜ ਹੁਣ ਸ਼ਾਮ ਨੂੰ ਤੁਹਾਨੂੰ ਮੈਂ ਲੈ ਜਾਂਦਾ ਅਸੀਂ ਕਹਿੰਦੇ ਠੀਕ ਆ ਅਸੀਂ ਭਾਈ ਗਰਾਊਂਡ ਚ ਜੂੰ ਖੜੇ ਗਿਆਨੀ ਜੀ ਦਾ ਨਾਮ ਜਾਣਨਾ ਚੇਤੇ ਰੱਖੀ ਗਿਆਨੀ ਮੁੜ ਕੇ ਜਦੋਂ 8-9 ਵੱਜ ਗਏ ਅਸੀਂ ਇਕੱਲੇ ਖੜੇ ਤੇ ਸਾਰੀ ਜਨਤਾ ਚਲੇ ਗਈ ਪ੍ਰਬੰਧਕ ਵੀ ਚਲੇ ਗਏ ਤੇ ਅਸੀਂ ਫੋਨ ਕੀਤਾ ਸੰਧੂ ਨੂੰ ਉਹ ਬਈ ਭਾਈ ਤੂੰ ਸਾਨੂੰ ਲੈ ਜਾ ਆ ਕੇ ਗਿਆਨੀ ਜੀ ਲੈਣ ਨੀ ਆਏ ਕਹਿੰਦੇ ਗਿਆਨੀ ਜੀ ਦਾ ਰਾਤ ਵਾਲਾ ਤੁਹਾਨੂੰ ਬਦਲਾ ਲੈ ਲਿਆ ਵਧੀਆ ਗੱਲ ਚੇਤੇ ਰੱਖੀ ਉਹਨਾਂ ਨੇ ਬਣਾਤਾ ਸੀ ਹੁਣ ਉਹਨਾਂ ਨੇ ਤੁਹਾਡਾ ਵਜ਼ੀਰਾ ਬਣਾਤਾ ਜ਼ਿੰਦਗੀ ਚ ਹੋ ਜਾਂਦਾ ਚੁਗਲ ਮੇਲਾ ਚਲੋ ਬੜਾ ਪਿਆਰ ਆ ਉਹਨਾਂ ਨਾਲ ਹੁਣ ਵੀ ਬੜਾ ਪਿਆਰ ਆ ਜਾਂਦੇ ਮਿਲਦੇ ਆ ਉਦੋਂ ਬਾਅਦ ਵੀ ਹੁੰਦਾ ਰਿਹਾ ਪਰ ਇਹ ਆ ਵੀ ਕਈ ਵਾਰੀ ਇਸ ਤਰ੍ਹਾਂ ਦੀ ਗੁਸਤਾਖੀ ਜਿਹੜੀ ਹੈ ਹੋ ਜਾਂਦੀ ਜਿਹੜੀ ਇਹ ਬੜੀ ਵਧੀਆ ਲੱਗਦੀ ਆ ਯਾਦਾਸ਼ਤ ਬਣ ਜਾਂਦੀ ਹਾਂਜੀ ਡਾਕਟਰ ਸਾਹਿਬ ਤੁਹਾਨੂੰ ਆ ਗਈ ਕੋਈ ਗੁਸਤਾਖੀ ਯਾਦ ਕਿ ਹਲੇ ਟਾਈਮ ਚਾਹੀਦਾ ਹੋਰ ਬਹੁਤ ਪੁਰਾਣੀ ਗੱਲ ਹੈ ਜਦੋਂ ਮੇਰੀ ਲੱਤ ਤੇ ਗੋਲੀ ਲੱਗੀ ਇਹ ਮੈਂ ਪੋਸਟ ਪਾਈ ਸੀ ਤੇ ਬਹੁਤ 1986 ਤੋਂ ਪਹਿਲਾਂ ਦੀ ਗੱਲ ਹੈ ਜਾਣੀ ਕਿ 82-83 ਦੀ
ਅੱਤਵਾਦ ਦਾ ਜ਼ੋਰ ਸੀ ਪੂਰਾ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਸਨ ਜੀ ਤੇ ਮੈਨੂੰ ਕਿਸੇ ਕੰਮ ਜਲੰਧਰ ਜਾਣਾ ਪਿਆ ਮੈਂ ਬੱਸ ਸਟੈਂਡ ਤੇ ਆਇਆ ਵੇਖਿਆ ਕਿ ਬੱਸ ਲੱਗੀ ਹੋਈ ਸੀ ਜਲੰਧਰ ਵਾਲੀ ਮੈਂ ਆਪਣੀ ਸੀਟ ਮੰਨ ਲਈ ਕੋਈ ਹਾਕਰ ਆਏ ਕੋਈ ਗੋਲੀਆਂ ਵੇਚਣ ਆਇਆ ਕੋਈ ਕਿਤਾਬਾਂ ਵੇਚਣ ਆਇਆ ਕੋਈ ਅਖਬਾਰਾਂ ਵੇਚਣ ਆਇਆ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਥੋੜੀ ਦੇਰ ਬਾਅਦ ਇੱਕ ਔਰਤ ਆਈ ਉਹਨੇ ਇੱਕ ਬੱਚਾ ਚੁੱਕਿਆ ਹੋਇਆ ਸੀ ਗੋਦੀ ਵਿੱਚ ਉਹ ਮੇਰੇ ਲਾਗੇ ਬਹਿ ਗਈ ਮੈਂ ਆਪਣੇ ਥੈਲੇ ਚੋਂ ਕਿਤਾਬ ਕੱਢੀ ਬੈਗ ਦੇ ਵਿੱਚੋਂ ਤੇ ਪੜ੍ਹਨੀ ਸ਼ੁਰੂ ਕਰਤੀ ਕਰਦੇ ਕਰਾਉਂਦੇ ਪਤਾ ਹੀ ਨਹੀਂ ਲੱਗਾ ਕਦੋਂ ਜਲੰਧਰ ਪਹੁੰਚ ਗਿਆ ਜਦੋਂ ਮੈਂ ਬੱਸ ਅੱਡੇ ਤੇ ਉਤਰਨ ਲੱਗਾ ਮੈਂ ਵੇਖਿਆ ਤੇ ਮੇਰੀ ਲੱਕ ਤੇ ਗੋਲੀ ਲੱਗੀ ਹੋਈ ਇਹ ਪਿੰਡਲੀ ਦੇ ਉੱਤੇ ਥੱਲੇ ਮੈਂ ਬੜਾ ਹੈਰਾਨ ਮੈਂ ਕਿਹਾ ਵੀ ਇਹ ਗੋਲੀ ਲੱਗੀ ਕਿਵੇਂ ਚਲੋ ਮੈਂ ਸੋਚਿਆ ਬਾਅਦ ਚ ਮੈਨੂੰ ਯਾਦ ਆਇਆ ਵੀ ਉਹ ਔਰਤ ਨੇ ਜਿਹੜਾ ਬੱਚਾ ਚੁੱਕਿਆ ਹੋਇਆ ਸੀ ਉਹ ਗੋਲੀਆਂ ਖਾ ਰਿਹਾ ਸੀ ਸੰਤਰੇ ਦੀਆਂ ਤੇ ਉਹਦੇ ਮੂੰਹ ਤੇ ਡਿੱਕੇ ਮੇਰੀ ਲੱਤ ਦੇ ਪੈਂਟ ਤੇ ਮੈਂ ਚੁੱਪ ਕਰਕੇ ਆਪਣੇ ਕੰਮ ਚਲਾ ਗਿਆ ਮੈਂ ਵੀ ਸੋਚਿਆ ਮੈਂ ਕਿਹਾ ਗੋਲੀ ਦੂਜੀ ਲੱਗੀ ਲੱਗ ਮੈਂ ਲੱਗੀ ਠੀਕ ਹਾਂਜੀ 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 ਮੈਂ ਪਰਮਜੀਤ ਜੀ ਜਿਹੜੀ ਗੱਲ ਮੈਂ ਹੁਣ ਸੁਣਾਉਣੀ ਆ ਉਹਦੀ ਪਹਿਲੀ ਲਾਈਨ ਦੇ ਵਿੱਚ ਹੀ ਗੁਸਤਾਖੀ ਆ ਮੇਰੀ ਪਤਨੀ ਬੜੀ ਭੋਲੀ ਆ ਇਹ ਵੀ ਗੁਸਤਾਖੀ ਆ ਮੈਸੇਜ ਆਇਆ ਕਿ ਬ੍ਰਦਰ ਦੀ ਲੁਧਿਆਣੇ ਡੈਥ ਹੋ ਗਈ ਆ ਤੇ ਤੁਸੀਂ ਇੱਥੇ ਪਿੰਡ ਆ ਲਾਗੇ ਤੇ ਤੁਸੀਂ ਉੱਥੇ ਜਾਓ ਤੇ ਮੈਂ ਤਾਂ ਹੁਣ ਇੰਨੀ ਜਲਦੀ ਆ ਨਹੀਂ ਸਕਦਾ ਤੁਸੀਂ ਕਰਿਆਓ ਜਾ ਕੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਡਮ ਅੱਜ ਸ਼ਾਮ ਨੂੰ ਥੋੜਾ ਠੰਡੇ ਹੁੰਦੇ ਤੇ ਆਪਾਂ ਜਾ ਹੀ ਅਫਸੋਸ ਕਰਿਆ ਜੀ ਅਸੀਂ ਗੱਡੀ ਕੱਢੀ ਨਾ ਅਸੀਂ ਨੇੜੇ ਹੀ ਆ ਤੇ ਬਾਈਕ ਤੇ ਤੁਰ ਪਏ ਜਦੋਂ ਉਹਨਾਂ ਦੇ ਘਰ ਤੋਂ ਥੋੜਾ ਜਿਹਾ ਦੋ ਤਿੰਨ ਫਰਲਾਂਗ ਉਰੇ ਰਹਿ ਗਿਆ ਤੇ ਮੱਛਰ ਇੱਕਦਮ ਚਾਰ ਚਪੇਰੋਂ ਮੱਛਰ ਆ ਗਿਆ ਮੈਂ ਕਿਹਾ ਉਹ ਐਨਕ ਲੈ ਕੇ ਨਹੀਂ ਆਏ ਤੇ ਮੱਛਰ ਅੱਖ ਚ ਪੈ ਗਿਆ ਉਹ ਪਾਣੀ ਪਾਣੀ ਹੋ ਗਿਆ ਮੈਂ ਕਿਹਾ ਵੀ ਹੁਣ ਕੀ ਕਰੀਏ ਰੋਕ ਲਿਆ ਮੈਂ ਮੋਟਰਸਾਈਕਲ ਮੈਂ ਕਿਹਾ ਹੁਣ ਕਰੀਏ ਕਿੱਦਾਂ ਜਾਈਏ ਕਿੱਦਾਂ ਮੈਂ ਕਿਹਾ ਹਾਂ ਮੈਨੂੰ ਇੱਕ ਤਰੀਕਾ ਆ ਗਿਆ ਆ ਜਿਹੜਾ ਦੁਪੱਟਾ ਨਾ ਤੁਹਾਡਾ ਦੁਪੱਟਾ ਤੁਸੀਂ ਮੈਸੇਜ ਆ ਗਿਆ ਦੁਪੱਟਾ ਤੁਸੀਂ ਮੇਰੇ ਸਿਰ ਤੇ ਦੇ ਦਿਓ ਤੇ ਮੈਂ ਮੋਟਰਸਾਈਕਲ ਚਲਾਈ ਜਾਊ ਕਹਿੰਦੀ ਮੈਂ ਜਲੂਸ ਨਹੀਂ ਕਢਾਉਣਾ ਤੁਸੀਂ ਨਾ ਇੱਦਾਂ ਕਰੋ ਤੁਸੀਂ ਨਾ ਅੱਖਾਂ ਚ ਮਿਸਣੀਆਂ ਜੀ ਕਰ ਲਓ ਆਪਣੀਆਂ ਅੱਖਾਂ ਮਿਸਣੀਆਂ ਜੀ ਕਰ ਲਓ ਤੇ ਮੋਟਰਸਾਈਕਲ ਚਲਾਈ ਜਾ ਮਿਸਣੀਆਂ ਦਾ ਮਤਲਬ ਅੱਖਾਂ ਬੰਦ ਜੀ ਕਰ ਲਓ ਉਹ ਇੰਨਾ ਹਾਸਾ ਆਇਆ ਕਿ ਮੈਂ ਉੱਥੇ ਪੈਡ ਤੇ ਲਾਤਾ ਮੋਟਰਸਾਈਕਲ ਹਾਸਾ ਹੱਸ ਕੇ ਤੇ ਦੂਰੇ ਹੋ ਗਏ ਅਸੀਂ ਦੋਨੋਂ ਹੀ ਸ਼ਬਦ ਕਿਹੜਾ ਕੱਢਿਆ ਅੱਖਾਂ ਬੀਸਣੀਆਂ ਕਰ ਲਓ ਉਹ ਚਲੋ ਮੋਟਰਸਾਈਕਲ ਸਟਾਰਟ ਕੀਤਾ ਜਦੋਂ ਉਹਨਾਂ ਦੇ ਘਰੇ ਗਏ ਸੀ ਉਹਨਾਂ ਦੇਖਿਆ ਵੀ ਡਾਕਟਰ ਤੇ ਪਿੱਛੇ ਰੋਂਦਾ ਹੋਇਆ ਇਹਨੂੰ ਤਾਂ ਸਾਡੇ ਤੋਂ ਵੀ ਜ਼ਿਆਦਾ ਦੁੱਖ ਹੈ ਸਾਡੇ ਬੰਦੇ ਦੀ ਡੈਥ ਹੋਈ ਦਾ ਉਹ ਮੇਰੇ ਗਾਲ ਅਲੱਗ ਅਲੱਗ ਕੇ ਜੱਫੀਆਂ ਪਾ ਪਾ ਕੇ ਮੈਨੂੰ ਕਹਿਣ ਉਹ ਭਾਜੀ ਕੋਈ ਨੀ ਤੁਸੀਂ ਜਿਗਰਾ ਰੱਖੋ ਤੇ ਮੈਂ ਅਸੀਂ ਆਪਸ ਵਿੱਚ ਸਾਡਾ ਹੋਰ ਹਾਸਾ ਨਿਕਲੇ ਵੀ ਇਹ ਕੀ ਸਮਝੀ ਫਿਰਦੇ ਆ ਸਾਡੇ ਨਾਲ ਕੀ ਵਾਪਰੀ ਆ ਅਸੀਂ ਤਾਂ ਉਹ ਇੱਕ ਸ਼ਬਦ ਦੇ ਨਾਲ ਹੱਸ ਰਹੇ ਹਾਂ ਔਰ ਇਹ ਸਮਝਦੇ ਆ ਵੀ ਇਹ ਸਾਡੇ ਦੁੱਖ ਚ ਦੁਖੀ ਹੋਇਆ ਹੋਇਆ ਇੱਥੇ ਨਾ ਵਿੱਚ ਮੈਸੇਜ ਆ ਰਹੇ ਆ ਤੁਹਾਡੇ ਆਈ ਥਿੰਕ ਕੋਈ ਬਹੁਤ ਫੇਮਸ ਕੋਈ ਤੁਹਾਡੀ ਹੈਗੀ ਹੈ ਗੁਸਤਾਖੀ ਕਿ ਤੇਜੇ ਦੀ ਗੱਲ ਵਾਲੀ ਤੇ ਦੋ ਤਿੰਨ ਵਾਰੀ ਕਮਲਜੀਤ ਭੱਟ ਜੀ ਨੇ ਮੈਸੇਜ ਕੀਤਾ ਕਿ ਤੇਜੇ ਵਾਲੀ ਗੱਲ ਸੁਣਾਓ ਤੇਜੇ ਦੀਆਂ ਗੱਲਾਂ ਦਾ ਤੇਜੇ ਗੱਲਾਂ ਨੇ ਕਿਹੜੀ ਗੱਲ ਹੈ ਜੇ ਬਹੁਤ ਗੱਲਾਂ ਨੇ ਕੋਈ ਸੁਣਾਓ ਤੇ ਫਿਰ ਸ਼ੁਰੂ ਐ ਚਾਚਾ ਜੀ ਮੇਰੀ ਕਿਤਾਬ ਛਾਪ ਰਹੇ ਨੇ ਜਲਦੀ ਉਹਦਾ ਨਾਂ ਹੈ ਲੈ ਦੱਸ ਤੇ ਇਹ ਜੂਨ ਦੇ ਪਹਿਲੇ ਹਫ਼ਤੇ ਆਏਗੀ ਤੇ ਉਸ ਉਹਦੇ ਵਿੱਚ ਤੇਜੇ ਦੀਆਂ ਕਾਫ਼ੀ ਗੁਸਤਾਖੀਆਂ ਹੈਗੀਆਂ ਨੇ ਤੇ ਤੇਜਾ ਸਾਡਾ ਜਿੰਦਾ ਜਾਗਦਾ ਇੱਕ ਮਿੱਤਰ ਆ ਮਾਲਵੇ ਦਾ ਤੇ ਉਹਦੀਆਂ ਬਹੁਤ ਸਾਰੀਆਂ ਗੁਸਤਾਖੀਆਂ ਨੇ ਤੇ ਉਹ ਕਿਤਾਬ ਦੇ ਵਿੱਚ ਵੀ ਛਪੀਆਂ ਨੇ ਜਿਵੇਂ ਡਾਕਟਰ ਸਾਹਿਬ ਨੇ ਸ਼ੁਰੂ 'ਚ ਕਿਹਾ ਸੀ ਕਿ ਗੁਸਤਾਖੀਆਂ ਹਰ ਇੱਕ ਦੇ ਨਾਲ ਹੁੰਦੀਆਂ ਜਿਵੇਂ ਹੱਡ ਬੀਤੀਆਂ ਹਰ ਇੱਕ ਦੇ ਨਾਲ ਹੁੰਦੀਆਂ ਨੇ ਜਿਵੇਂ ਰੇਹੜੀ ਤੋਂ ਸਬਜ਼ੀ ਤਾਂ ਹਰ ਔਰਤ ਖਰੀਦ ਲੈਂਦੀ ਹੈ ਪਰ ਤੜਕਾ ਲਾਉਣਾ ਕਿਸੇ ਕਿਸੇ ਨੂੰ ਆਉਂਦਾ ਹੈ ਤੇ ਇਸੇ ਤਰ੍ਹਾਂ ਸਾਡੇ ਨਾਲ ਵੀ ਉਹ ਬੀਤੀਆਂ ਨੇ ਅਸੀਂ ਮਾੜਾ ਮੋਟਾ ਉਹਨੂੰ ਤੜਕਾ ਲਾ ਕੇ ਤੇ ਪੇਸ਼ ਕਰ ਦਿੰਦੇ ਹਾਂ ਜਿਵੇਂ ਡਾਕਟਰ ਸਾਹਿਬ ਨੇ ਹੁਣ ਘਰ ਵਾਲੀ ਦੀ ਗੱਲ ਕੀਤੀ
ਤੇ ਇੱਕ ਛੋਟੀ ਜੀ ਗੁਸਤਾਖੀ ਮੈਂ ਘਰ ਵਾਲੀ ਦੀ ਵੀ ਸੁਣਾ ਦਿਆਂ। ਸਵੇਰੇ ਸਵੇਰੇ ਇੱਕ ਦਿਨ ਮੇਰੀ ਸਾਲੀ ਦਾ ਫੋਨ ਆ ਗਿਆ ਅਮੈਰੀਕਾ ਤੋਂ, ਤੇ ਗੱਲਾਂ ਕਰਦੇ ਕਰਦੇ ਉਹਨੇ ਆਪਣੀ ਭੈਣ ਨਾਲ ਗੱਲ ਕਰਨ ਦੀ ਚਾਹ ਜ਼ਾਹਰ ਕੀਤੀ। ਮੈਂ ਬਾਹਰ ਆਇਆ ਬੈਡਰੂਮ ਚੋਂ ਵੇਖਿਆ ਤੇ ਉਹ ਮੇਰੀ ਮਿਸਿਜ ਰੋਟੀ ਬਣਾ ਰਹੀ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੇਰੀ ਭੈਣ ਦਾ ਫੋਨ ਆਇਆ ਤੇ ਇਹ ਫੋਨ ਸੁਣ ਲਾ। ਉਹ ਫੋਨ ਸੁਣਨ ਲੱਗ ਪਈ ਤੇ ਜਿਹੜਾ ਤਵੇ ਤੇ ਫੁਲਕਾ ਪਿਆ ਸੀ ਮੈਂ ਉਹ ਸੋਚਿਆ ਵੀ ਸੜ ਨਾ ਜਾਵੇ, ਮੈਂ ਉਹਨੂੰ ਥੱਲਣਾ ਸ਼ੁਰੂ ਕਰਤਾ, ਉਹਨੂੰ ਮੈਂ ਪਲਟ ਕੇ ਤੇ ਸੇਕਾ ਲਵਾਉਣ ਲੱਗ ਪਿਆ। ਤੇ ਇੰਨੇ ਚਿਰ ਨੂੰ ਮੇਰੀ ਸਾਲੀ ਨੇ ਪਤਾ ਨੀ ਕੀ ਪੁੱਛਿਆ ਤੇ ਅੱਗੋ ਮੇਰੀ ਘਰ ਵਾਲੀ ਕਹਿੰਦੀ, ਨਹੀਂ ਉਹਦਾ ਹਲੇ ਰੋਟੀਆਂ ਪਕਾ ਰਹੇ ਨੇ। ਅਚਾਨਕ ਹੀ ਹੋ ਜਾਂਦੀਆਂ ਨੇ। ਹਾਂਜੀ ਜੀ ਬਿਲਕੁਲ ਹਾਂਜੀ। ਤੇ ਚਰਨਜੀਤ ਕੌਰ ਜੀ ਕਹਿ ਰਹੇ ਨੇ ਕਿ ਤੇਜੇ ਦੇ ਵਿਆਹ ਵਾਲੀ ਗੱਲ। ਇੱਕ ਵਾਰੀ ਨਾ ਤੇਜਾ ਮੈਨੂੰ ਲੈ ਗਿਆ ਨਾਲ ਲੜਕੀ ਵੇਖਣ, ਬਹੁਤ ਪੁਰਾਣੀ ਗੱਲ ਹੈ, ਤੇ ਕਹਿੰਦਾ ਵੀ ਲੜਕੀ ਵੇਖਣ ਜਾਣਾ ਹੈ ਤੇ ਮੇਰੇ ਨਾਲ ਚੱਲਦਾ। ਮੈਂ ਕਿਹਾ ਚਲੋ ਠੀਕ ਹੈ, ਚਲੇ ਗਏ ਨਾਲ। ਮੈਂ ਵੀ ਉਦੋਂ ਛੋਟੀ ਜਿਹੀ ਉਮਰ ਦਾ, ਤੇਜਾ ਵੀ ਛੋਟੀ ਜਿਹੀ ਉਮਰ ਦਾ ਸੀ, ਤੇ ਪਹਿਲੀ ਪਹਿਲੀ ਵਾਰ ਅਸੀਂ ਕੋਈ ਲੜਕੀ ਵੇਖਣ ਗਏ, ਸ਼ਰਮਾ ਕੇ ਦੋਵੇਂ ਸਿਰ ਠਾਂ ਸੁੱਟ ਕੇ ਬੈਠੇ। ਇਹਨੇ ਜਦੋਂ ਇੱਕ ਪਤਲੀ ਜੀ ਮੁਟਿਆਰ ਗੁਲਾਬੀ ਰੰਗ ਦਾ ਸੂਟ ਪਾਇਆ ਤੇ ਪਾਣੀ ਲੈ ਕੇ ਆ ਗਈ। ਤੇਜੇ ਨੇ ਵੀ ਸਿਰ ਥੱਲੇ ਸੁੱਟਿਆ ਤੇ ਮੈਂ ਵੀ ਸਿਰ ਸੁੱਟਿਆ, ਪਾਣੀ ਦਾ ਗਲਾਸ ਰੱਖ ਲਿਆ, ਫੜ ਲਿਆ। ਤੇ ਤੇਜਾ ਮੈਨੂੰ ਹੌਲੀ ਜੀ ਕਹਿੰਦਾ, ਕੁੜੀ ਤਾਂ ਸੋਹਣੀ ਲੱਗਦੀ ਹੈ, ਨਾ ਉਹਨੇ ਵੇਖਿਆ ਸਿਰ ਤਾਂ ਚੁੱਕ ਕੇ ਨਾ ਮੈਂ ਵੇਖਿਆ। ਮੈਂ ਕਿਹਾ ਹਾਂ ਸੋਹਣੀ। ਚਲੋ ਜੀ, ਥੋੜੀ ਦੇਰ ਬਾਅਦ ਪਤਾ ਲੱਗਾ ਵੀ ਜਿਹੜੀ ਪਾਣੀ ਲੈ ਕੇ ਉਹ ਤਾਂ ਕੁੜੀ ਦੀ ਮਾਂ ਸੀ। ਹਾਂਜੀ, ਪਹਿਲੇ ਇੱਦਾਂ ਹੀ ਹੁੰਦਾ ਹੁੰਦਾ ਸੀਗਾ ਨਾ ਕਿ ਮੈਂ ਬੜਾ ਇਹ ਰਿਵਾਜ ਹੁੰਦਾ ਸੀਗਾ ਕੁੜੀ ਵੇਖਣ ਜਾਣਾ, ਮੁੰਡਾ ਵੇਖਣ ਜਾਣਾ, ਤੇ ਬਾਕੀ ਫੈਮਿਲੀ ਜਿਹੜੀ ਆ ਉਹ ਸਾਰੇ ਵੇਖ ਲੈਂਦੇ ਸੀ, ਨਾ ਕੁੜੀ ਮੁੰਡੇ ਨੂੰ ਵੇਖਦੀ ਸੀ ਤੇ ਨਾ ਮੁੰਡਾ ਕੁੜੀ ਨੂੰ ਵੇਖਦਾ ਸੀ। ਮੈਂ ਤੁਹਾਨੂੰ ਦੱਸਦਾ, ਇੱਕ ਗੱਲ, ਨਵੇਂ ਨਵੇਂ ਮੋਬਾਈਲ ਆਏ ਸੀ ਤੇ ਸਾਡਾ ਭਾਂਜਾ ਆਪਣੇ ਵਾਸਤੇ ਲੜਕੀ ਵੇਖਣ ਗਿਆ ਤੇ ਉਹਦੇ ਕੋਲ ਮੋਬਾਈਲ ਸੀ ਤੇ ਬਾਕੀ ਸਾਰਿਆਂ ਨੇ ਕਿਹਾ ਵੀ ਇਸ ਤਰ੍ਹਾਂ ਹੈ ਕਿ ਥੋੜੀ ਟੌਰ ਜੀ ਬਣੂਗੀ ਜਦੋਂ ਤੂੰ ਲੜਕੀ ਵੇਖਣ ਜਾਏਗਾ ਨਾ ਤੇ ਅਸੀਂ ਤੈਨੂੰ ਮਿਸ ਕਾਲ ਮਾਰਾਂਗੇ। ਹਾਂਜੀ, ਤੇ ਉਹਦੇ ਜਦੋਂ ਤੂੰ ਵੇਖੇਗਾ ਤੈਨੂੰ ਪਤਾ ਲੱਗਦੇ ਉਹ ਮੁੰਡੇ ਕੋਲ ਮੋਬਾਈਲ ਹੈਗਾ, ਨਵੇਂ ਨਵੇਂ ਮੋਬਾਈਲ ਸੀ, ਉਦੋਂ ਕਾਲ ਵੀ ਮਹਿੰਗੀ ਸੀ, ਸੁਣਨ ਦੇ ਪੈਸੇ ਪੈਂਦੇ ਸੀ, ਕਰਨ ਦੇ ਵੀ ਪੈਸੇ ਪੈਂਦੇ ਸੀ। ਜਦੋਂ ਅੱਧਾ ਘੰਟਾ ਲਾ ਕੇ ਕੁੜੀ ਨੂੰ ਵੇਖ ਕੇ ਆਇਆ ਤੇ ਸਾਰੇ ਪੁੱਛਣ ਲੱਗ ਪਏ, ਹਾਂ ਕੀ ਗੱਲਬਾਤ ਹੋਈ? ਕਹਿੰਦਾ, ਗੱਲਬਾਤ ਸਵਾਹ ਹੋਣੀ ਸੀ, ਜਦੋਂ ਮੈਂ ਗੱਲ ਕਰਨ ਲੱਗਦਾ ਉਦੋਂ ਕਿਸੇ ਨਾ ਕਿਸੇ ਦੀ ਮਿਸ ਕਾਲ ਆ ਜਾਂਦੀ ਸੀ। ਬਿਲਕੁਲ ਹਾਂਜੀ। ਬੱਚੇ ਦੀ ਆਪਾਂ ਵੀ ਹਾਜ਼ਰੀ ਲਾ ਦਈਏ। ਮੇਰਾ ਬੇਟਾ 3 ਸਾਲ ਦਾ ਸੀਗਾ ਤੇ ਮੈਂ ਕੰਪਿਊਟਰ ਦੇ, ਉਦੋਂ ਨਵੇਂ ਨਵੇਂ ਕੰਪਿਊਟਰ ਆਏ ਸੀ, 286 ਵਗੈਰਾ ਦੇਸੀ ਜਿਹੇ ਹੁੰਦੇ ਸੀ, ਮੈਂ ਉੱਥੇ ਕੋਈ ਕੰਮ ਕਰਨ ਡਿਆ। ਮੈਨੂੰ ਪੁੱਛਦਾ, ਕਹਿੰਦੇ, ਪਾਪਾ ਜਦੋਂ ਤੁਸੀਂ ਮੇਰੇ ਜਿੱਡੇ ਸੀ ਉਦੋਂ ਕਿਹੜਾ ਕੰਪਿਊਟਰ ਹੁੰਦਾ ਸੀ? ਮੈਂ ਕਿਹਾ, ਬੇਟੇ ਵੀ ਉਦੋਂ ਕੰਪਿਊਟਰ ਨਹੀਂ ਸੀ ਹੁੰਦੇ। ਕਹਿੰਦਾ, ਫਿਰ ਉੱਪਰ ਨੂੰ ਵੇਖਿਆ, ਛੱਤ ਵੱਲ ਨੂੰ ਪੱਖਾ ਚੱਲਦਾ ਪਿਆ ਸੀ। ਪਾਪਾ ਪੱਖਾ ਹੁੰਦਾ ਸੀ? ਮੈਂ ਕਿਹਾ, ਬੇਟੇ ਪੱਖੇ ਵੀ ਨਹੀਂ ਸੀ ਹੁੰਦੇ, ਏਸੀ ਹੁੰਦਾ ਸੀ। ਮੈਂ ਕਿਹਾ, ਜਦ ਪੱਖਾ ਨਹੀਂ ਸੀ ਹੁੰਦਾ ਏਸੀ ਕਿੱਥੋਂ ਹੋਣਾ ਸੀ? ਕਾਰ ਹੁੰਦੀ ਸੀ, ਕਾਰ ਵੀ ਨਹੀਂ ਸੀ ਹੁੰਦੀ। ਬਾਈਕ ਹੁੰਦੇ ਸੀ, ਬਾਈਕ? ਮੈਂ ਕਿਹਾ, ਨਹੀਂ। ਪ੍ਰੈਸ? ਨਹੀਂ। ਕੂਲਰ? ਨਹੀਂ। ਬੇਟੇ ਕੁਛ ਨਹੀਂ ਸੀ ਹੁੰਦਾ। ਸੋਚੀ ਪੈ ਗਿਆ ਤਾਂ ਮੂੰਹ ਤੇ ਹੱਥ ਰੱਖ ਕੇ ਉਹ ਸੱਚ ਕੇ, ਕਹਿੰਦਾ, ਪਾਪਾ ਤੁਹਾਡੀਆਂ ਅੱਖਾਂ ਹੁੰਦੀਆਂ ਸੀ ਉਦੋਂ? ਸ਼ਾਇਦ ਅੱਖਾਂ ਨਾ ਹੋਣ, ਜਿਹੜਾ ਨਜ਼ਰ ਨੀ ਆਉਂਦਾ ਸੀ। ਨਜ਼ਰ ਨੀ ਆ ਰਿਹਾ ਹੁੰਦਾ ਤੇ ਹੈ ਸੀ, ਵੈਸੇ ਗੱਲ ਉਹਦੀ ਸਹੀ ਹੈ ਵੀ ਹੁੰਦਾ ਤੇ ਹੈ ਸੀਗਾ, ਪਰ ਸਾਡੀਆਂ ਨਜ਼ਰ, ਸਾਡੀ ਨਜ਼ਰ ਚ ਨੀ ਸੀ ਆਉਂਦਾ। ਤੁਹਾਡੀ ਨਿਗਾਹ ਗਈ, ਅੱਖਾਂ ਗਈਆਂ। ਦੂਸਰਾ ਬੇਟਾ, ਅਸੀਂ RCF ਚੱਲੇ ਸੀ ਇੱਕ ਵਾਰ, ਰੇਲਵੇ ਫੈਕਟਰੀ, ਤੇ ਜਦੋਂ ਉੱਥੇ ਅਸੀਂ ਰੇਲਕੋ ਫੈਕਟਰੀ ਦੇ ਨਾਲ ਉਰਲੇ ਪਾਸੇ ਰੇਲਵੇ ਸਟੇਸ਼ਨ ਆ, ਉੱਥੇ ਗਏ, ਉੱਥੇ ਟ੍ਰੇਨ ਖੜੀ ਸੀ, ਗੱਡੀ, ਰੇਲ ਗੱਡੀ ਖੜੀ ਸੀ। ਮੈਨੂੰ ਕਹਿੰਦਾ ਵੀ, ਪਾਪਾ, ਵੱਡਾ ਬੇਟਾ ਉਹ ਵੀ ਉਦੋਂ 3-4 ਸਾਲ ਦਾ ਹੀ ਸੀਗਾ, ਪਾਪਾ ਤੁਹਾਨੂੰ ਪਤਾ ਹੈ ਜਿਹੜੀ ਟ੍ਰੇਨ ਦੇ ਵਿੱਚ ਤੇ ਰੇਲ ਗੱਡੀ 'ਚ ਕੀ ਫਰਕ ਹੁੰਦਾ? ਮੈਂ ਹੱਸ ਪਿਆ, ਮੈਂ ਕਿਹਾ ਕੰਫਿਊਜ਼ਨ 'ਚ ਆ। ਮੈਂ ਕਿਹਾ, ਬੇਟੇ ਵੀ ਮੈਨੂੰ ਤਾਂ ਨਹੀਂ ਪਤਾ, ਤੂੰ ਦੱਸ ਦੇ। ਕਹਿੰਦਾ, ਪਾਪਾ ਜਿਹੜੀ ਰੇਲ ਗੱਡੀ ਹੁੰਦੀ ਨਾ, ਰੇਲ ਗੱਡੀ? ਮੈਂ ਕਿਹਾ, ਹਾਂ। ਉਹਦੇ ਮੂਹਰੇ ਨਾ ਐਡਾ ਬੜਾ ਨਾ ਬਲਬ ਲੱਗਾ ਹੁੰਦਾ, ਬਹੁਤ ਵੱਡਾ ਲਾਈਟ ਲੱਗੀ ਹੁੰਦੀ, ਬਲਬ ਲੱਗਾ। ਮੈਂ ਕਿਹਾ, ਜਿਹੜੀ ਟ੍ਰੇਨ ਹੁੰਦੀ ਉਹ ਕਿੱਦਾਂ ਦੀ ਹੁੰਦੀ?
ਕਹਿੰਦੇ ਜਿਹੜੀ ਹੁੰਦੀ ਨਾ ਟ੍ਰੇਨ ਉਹਦੇ ਪੂਰੇ ਬਹੁਤ ਵੱਡਾ ਬਲਬ ਲੱਗਾ ਹੁਣ। ਮੈਂ ਕਿਹਾ ਫਰਕ ਕੀ ਹੋਇਆ, ਕਹਿੰਦਾ ਹੁਣ ਇਹ ਤਾਂ ਦੱਸ ਕੇ ਡਿਆ ਤੈਨੂੰ, ਬੁੱਧੂ ਬੱਚਾ ਨਾ ਹੋਵੇ ਤਾਂ ਕਹਿੰਦਾ ਯਾਨੀ ਕਿ ਦੋਨਾਂ ਵਾਰੀ ਲਾਈਟ ਹੀ ਦੱਸਿਆ ਔਰ ਉਦੋਂ ਲੱਗਿਆ ਕਿ ਮੈਂ ਡਿਫਰੈਂਸ਼ੀਏਟ ਕਰ ਦਿੱਤਾ ਦੋਨਾਂ ਟ੍ਰੇਨ ਨੂੰ ਤੇ ਰੇਲ ਗੱਡੀ ਨੂੰ। ਸਮਾਜ ਵਾਪਰਦੇ ਹੋਏ ਜਿਹੜੇ ਵਰਤਾਰੇ ਆ ਉਹਨਾਂ ਦੇ ਬਾਰੇ ਵੀ ਮਤਲਬ ਚਿੰਤਨ ਚੇਤ ਕਰ ਦਿੰਦੀ ਆ। ਇੱਕ ਵਾਰੀ ਮੈਂ ਮੇਰਾ ਇੱਕ ਦੋਸਤ ਅਸੀਂ ਸਵੇਰੇ ਸਵੇਰੇ ਲੁਧਿਆਣਿਓਂ ਹੁਸ਼ਿਆਰਪੁਰੋਂ ਜਾ ਰਹੇ ਸੀਗੇ ਤੇ ਅਸੀਂ ਨਾ ਆਪਣੇ ਫਲਾਰ ਕੋਲੋਂ ਨਾ ਰੂਟ ਜਿਹੜਾ ਪਿੰਡਾਂ ਵਿੱਚ ਦੀ ਲੈ ਲਿਆ। ਮਤਲਬ ਸਾਡਾ ਵਿਚਾਰ ਸੀ ਵੀ ਰਾਹ ਚੜ੍ਹਦੇ ਚਲੋ ਸਵੇਰੇ ਸਵੇਰੇ ਦੀਆਂ ਨਾ ਕੁਛ ਫੋਟੋਆਂ ਖਿੱਚ ਹੋ ਜਾਣੀਆਂ, ਜਿਵੇਂ ਸੂਰਜ ਚੜ੍ਹਦੇ ਦੀ, ਲਾਲੀ ਦੀਆਂ, ਤਰੇੜ ਦੀਆਂ, ਕਣਕਾਂ ਦੀਆਂ, ਸਿਆਣਾ ਜਿਹਾ ਦੇ ਸੀਗੇ ਤੇ ਵੀ ਚਲੋ ਅਸੀਂ ਰੁਕਦੇ ਰੁਕਾਉਂਦੇ ਫੋਟੋਆਂ ਖਿੱਚਦੇ ਚਲੇ ਗਏ ਤੇ ਅਸੀਂ ਜਦੋਂ ਜਾ ਰਹੇ ਸੀਗੇ ਤੇ ਇੱਕ ਥਾਂ ਤੇ ਜਾ ਕੇ ਉਦਾਂ ਵੀ ਜਨਰਲ ਜਿਹੀਆਂ ਗੱਲਾਂ ਕਰਦੇ ਸੀਗੇ ਹਨਾ ਤੇ ਮੈਨੂੰ ਉਹ ਪੁੱਛਦਾ ਕਹਿੰਦਾ ਜਨਮੇਜਾ ਜੀ ਇਹ ਦੱਸੋ ਵੀ ਆ ਆਪਣੇ ਸ਼ਹਿਰ ਚ ਆ ਦੋ ਤਿੰਨ ਬੰਦੇ ਆ ਵੀ ਇਹ ਕੀ ਕਰਦੇ ਆ। ਮੈਂ ਕਿਹਾ ਕਿਉਂ ਕੀ ਕਰਦੇ ਆ, ਕਹਿੰਦਾ ਜਦੋਂ ਵੀ ਕੋਈ ਬੰਦਾ ਬਾਹਰੋਂ ਆਉਂਦਾ ਕੋਈ ਅਫਸਰ ਆ ਜਾਂਦਾ, ਕੋਈ ਹੋਰ ਆ ਜਾਂਦਾ, ਕੋਈ ਅਧਿਕਾਰੀ ਆ ਜਾਂਦਾ, ਕੋਈ ਵੱਡਾ ਬੰਦਾ ਆ ਜਾਂਦਾ, ਕੋਈ ਨੌਨ ਬੰਦਾ ਆ ਜਾਂਦਾ, ਇਹ ਫਟਾਫਟ ਉਹਦੇ ਮਗਰ ਤੁਰ ਪੈਂਦੇ ਆ, ਉਹਦੀ ਪ੍ਰੈਸ ਕਾਨਫਰੰਸ ਕਰਾਉਂਦੇ ਆ, ਉਹਦੇ ਨਾਲ ਲੰਚ ਕਰਾਉਂਦੇ ਆ, ਉਹ ਕਰਦੇ ਆ ਕਰਦੇ ਆ। ਮਤਲਬ ਵੀ ਪੈਸੇ ਤਾਂ ਲੋਕਾਂ ਦੇ ਹੁੰਦੇ, ਮਤਲਬ ਇਹ ਘੜਾਮ ਚੌਧਰੀ ਜੇ ਬਣ ਜਾਂਦੇ ਆ ਹਨਾ ਵੀ ਇਹ ਫਟਾਫਟ ਵੀ ਸਵੇਰੇ ਸਾਡੀਆਂ ਅਖਬਾਰਾਂ ਚ ਫੋਟੋਆਂ ਛਪ ਜਾਣਗੀਆਂ ਇਹਦੇ ਨਾਲ ਵੀ ਅਸੀਂ ਵੀ ਉਸ ਬੰਦੇ ਦੇ ਨਾਲ ਹੈਗੇ। ਕਹਿੰਦੇ ਇਹ ਕੀ ਚੱਕਰ ਹੈ, ਮੈਂ ਕਿਹਾ ਕੋਈ ਚੱਕਰ ਨੀ, ਇਹਨਾਂ ਨੂੰ ਰੱਬ ਦੀ ਬਖਸ਼ਿਸ਼ ਹੈ। ਕਹਿੰਦੇ ਰੱਬ ਦੀ ਬਖਸ਼ਿਸ਼, ਮੈਂ ਕਿਹਾ ਰੱਬ ਦੀ ਬਖਸ਼ਿਸ਼ ਹੀ ਆ। ਮੈਂ ਕਿਹਾ ਹੁਣ ਆਪਾਂ ਦੇਖੋ ਕੁਦਰਤ ਜਿਹੜੀ ਆ ਬਖਸ਼ਿਸ਼ ਕਰਦੀ ਆ ਹਰ ਇੱਕ ਦੇ ਉੱਤੇ, ਉਹਨਾਂ ਤੇ ਵੀ ਕਰਦੀ ਆ, ਬੰਦਿਆਂ ਦੀਆਂ ਕਿਸਮਾਂ ਹੁੰਦੀਆਂ ਨੇ, ਹੋਰ ਹੁੰਦੇ ਨੇ, ਏਦਾਂ ਹੀ ਜਾਨਵਰ ਹੁੰਦੇ ਨੇ। ਮੈਂ ਕਿਹਾ ਉਹਨਾਂ ਨੂੰ ਫੱਜ ਕਰ, ਆਪਾਂ ਹੁਣ ਸਵੇਰੇ ਸਵੇਰੇ ਆਏ ਆ ਤੇ ਜਦੋਂ ਆਪਾਂ ਪਿੰਡ ਚੋਂ ਲੰਘਦੇ ਆ ਰੂੜੀਆਂ ਤੇ ਕੁੱਤੇ ਖੜੇ ਹੁੰਦੇ ਆ, ਉਹ ਕਾਰ ਦੇ ਨਾਲ ਭੱਜ ਪੈਂਦੇ ਆ ਜਦੋਂ ਕਾਰ ਆਉਂਦੀ। ਮੈਂ ਕਿਹਾ ਹੁੰਦਾ ਨਾ, ਮੈਂ ਕਿਹਾ ਇੱਕ ਪਿੰਡ ਚ ਨੀ ਹੁੰਦਾ, ਦੂਜੇ ਪਿੰਡ ਚ ਵੀ ਇਹੀ ਹੁੰਦਾ, ਤੀਜੇ ਚ ਕੁੱਤੇ ਕਿਹੜੇ ਇੱਕ ਦੂਜੇ ਨੂੰ ਦੱਸਣ ਜਾਂਦੇ ਆ ਵੀ ਜਦੋਂ ਕਾਰ ਆਊਗੀ ਤਾਂ ਭੱਜ ਪਈ। ਮੈਂ ਕਿਹਾ ਇੱਕ ਪਿੰਡ ਦਾ ਕੁੱਤਾ ਤਾਂ ਦੂਜੇ ਪਿੰਡ ਚ ਵੀ ਨੀ ਜਾਂਦਾ ਵੀ ਉਹਨਾਂ ਤੇ ਰੱਬ ਦੀ ਬਖਸ਼ਿਸ਼ ਹੁੰਦੀ ਆ ਵੀ ਜਦੋਂ ਵੀ ਕੋਈ ਤੇਜ਼ ਚੀਜ਼ ਉਹਨਾਂ ਤੋਂ ਤੇਜ਼ ਚੀਜ਼ ਜਾਂ ਉਹਨਾਂ ਤੋਂ ਵੱਡੀ ਚੀਜ਼ ਆਉਣੀ ਆ ਤਾਂ ਉਹਨਾਂ ਨੇ ਉਹਦੇ ਨਾਲ ਭੱਜ ਪੈਣਾ। ਮੈਂ ਕਿਹਾ ਵੀ ਜਿੰਨਾ ਦਮ ਹੁੰਦਾ ਪਿੰਡ ਦੀ ਜੂਹ ਤੱਕ ਜਾਂ ਮਾਡਾ ਰੋੜੀ ਤੱਕ ਜਾਂ ਜਿੱਥੇ ਤੱਕ ਵੀ ਉਹਨਾਂ ਦਾ ਦਮ ਹੁੰਦਾ ਉਹਨਾਂ ਕੁ ਦੌੜ ਕੇ ਉਹ ਪਿੱਛੇ ਨੂੰ ਮੁੜ ਜਾਂਦੇ ਆ। ਕਹਿੰਦਾ ਹਾਂ, ਮੈਂ ਕਿਹਾ ਬਸ ਇਹੀ ਆ, ਇਹ ਕੁਦਰਤ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੁੰਦੀ ਵੀ ਤੁਹਾਨੂੰ ਤੁਸੀਂ ਐਕਸਰਸਾਈਜ਼ ਕਰਨੀ ਆ, ਉਹ ਐਕਸਰਸਾਈਜ਼ ਕਰਦੇ ਹੁੰਦੇ, ਉਹਨਾਂ ਨੇ ਨਾ ਤੁਹਾਡੀ ਕਾਰ ਤੋਂ ਕੁਛ ਲੈਣਾ ਹੁੰਦਾ ਨਾ ਕਾਰ ਨੂੰ ਕੁਛ ਦੇਣਾ ਹੁੰਦਾ, ਲੈਣ ਜੋਗੇ ਹੁੰਦੇ ਆ। ਮੈਂ ਕਿਹਾ ਇੱਦਾਂ ਹੀ ਬੰਦੇ ਹੁੰਦੇ ਆ, ਜਦੋਂ ਕੋਈ ਦੂਜੇ ਬੰਦੇ ਆਉਂਦੇ ਆ, ਕੋਈ ਵੱਡੇ ਬੰਦੇ ਆਉਂਦੇ ਆ, ਕੋਈ ਬੰਦੇ ਆਉਂਦੇ ਆ, ਨਾਲ ਦੌੜ ਪੈਂਦੇ ਆਪਣੀ ਐਕਸਰਸਾਈਜ਼ ਕਰਕੇ ਵਾਪਸ ਆ ਜਾਂਦੇ, ਇਹਨਾਂ ਨੂੰ ਰੱਬ ਦੀ ਬਖਸ਼ਿਸ਼ ਹੈ। ਵਾਹ, ਬਹੁਤ ਵਧੀਆ ਕੰਪੈਰੀਜ਼ਨ, ਬਹੁਤ ਵਧੀਆ। ਮੈਂ ਤੁਹਾਨੂੰ ਇੱਕ ਸੀਰੀਅਸ ਜੀ ਗੁਸਤਾਖੀ ਮੈਂ ਵੀ ਤੁਹਾਨੂੰ ਸੁਣਾ ਦਿੰਦੀ ਹਾਂ, ਸ਼ਾਇਦ ਤੁਹਾਨੂੰ ਪਸੰਦ ਆਵੇਗੀ। ਮੇਰੇ ਨਾ ਵੱਡੇ ਸਾਰਿਆਂ ਤੋਂ ਤਾਇਆ ਜੀ ਸੀ, ਉਹਨਾਂ ਦੀ ਡੈਥ ਹੋ ਗਈ ਤੇ ਡੈਥ ਹੋਇਆ ਨੂੰ ਕੋਈ 3-4 ਸਾਲ ਹੋ ਗਏ ਸੀ ਤੇ ਦੂਸਰੇ ਤਾਇਆ ਜੀ ਉਹਨਾਂ ਨੂੰ ਸਾਰੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਨਾਂ ਤੇ ਖੀਵਨ ਸਿੰਘ ਸੀਗਾ ਬਟ ਉਹਨਾਂ ਨੂੰ ਸਾਰੇ ਪੀਰ ਸਾਹਿਬ ਕਹਿੰਦੇ ਸੀ ਤੇ ਉਹ ਆਏ ਸਾਡੇ ਕੋਲ ਤੇ ਅਸੀਂ ਬੱਚੇ ਬਹੁਤ ਉਹਨਾਂ ਨੂੰ ਪਿਆਰ ਕਰਦੇ ਸਾਂ, ਸਾਨੂੰ ਪਤਾ ਨਹੀਂ ਸੀ ਕਿ ਉਹ ਸਾਡੇ ਤਾਇਆ ਜੀ, ਅਸੀਂ ਉਹਨਾਂ ਨੂੰ ਆਪਣੇ ਦਾਦਾ ਹੀ ਸਮਝਦੇ ਹੁੰਦੇ ਸਾਂ ਤੇ ਜਦੋਂ ਉਹਨਾਂ ਨੇ ਆਉਣਾ ਅਸੀਂ ਕਹਿਣਾ ਸਾਰਿਆਂ ਨੂੰ ਇੱਕੋ ਕਮਰੇ ਚ ਸੌਣਾ ਹੈ, ਆਪਣੇ ਮਦਰ ਨੂੰ ਵੀ ਕਹਿਣਾ ਵੀ ਤੁਸੀਂ ਵੀ ਉੱਥੇ ਸਾਰੇ ਰਾਤ ਗੱਲਾਂ ਬਾਤਾਂ ਕਰਾਂਗੇ, ਤੁਸੀਂ ਵੀ ਉੱਥੇ ਬੈਠ ਜਾਓ। ਰਾਤ ਅਸੀਂ ਸਾਰੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਮੇਰੇ ਮਦਰ ਨਾ ਜਿਸ ਤਰ੍ਹਾਂ ਪੁਰਾਣੀਆਂ ਗੱਲਾਂ ਨੀ ਸੁਣਾਉਣ ਲੱਗ ਪੈਂਦੇ ਵੀ ਫਲਾਣਾ ਕੰਮ ਉਦੋਂ ਫਲਾਣਾ ਇੱਦਾਂ ਹੋਇਆ ਸੀ, ਉਦੋਂ ਫਲਾਣਾ ਮੀਂਹ ਪਿਆ ਸੀ, ਫਲਾਣਾ ਮਰਿਆ ਸੀ, ਫਲਾਣਾ ਜੰਮਿਆ ਸੀ ਤੇ ਮੇਰੇ ਮਦਰ ਬਹੁਤ ਇੱਕ ਸੀਰੀਅਸ ਗੱਲ ਸੁਣਾ ਰਹੇ ਸੀ ਤੇ ਕਹਿੰਦੇ ਕਿ ਉਹਨਾਂ ਨੇ ਦੱਸਣਾ ਸੀ ਵੱਡੇ ਤਾਇਆ ਜੀ ਵੱਲੋਂ ਕਿ ਜੋ ਵੱਡੇ ਤਾਇਆ ਜੀ ਪੂਰੇ ਹੋਏ ਤੇ ਕਹਿੰਦੇ ਕਿ ਜਦੋਂ ਪੀਰ ਸਾਹਿਬ ਪੂਰੇ ਹੋਏ ਨਾ ਤੇ ਪੀਰ ਸਾਹਿਬ ਉੱਥੇ ਬੈਠੇ ਹੋਏ ਸੀਗੇ ਮੇਰੇ ਤਾਇਆ ਜੀ ਤੇ ਉਹ ਵਿਚਾਰੇ ਇਕਦਮ ਏਦਾਂ ਹੋ ਗਏ ਖਮੋਸ਼ ਕਿ ਮਤਲਬ ਮੈਂ ਤੇ ਇੱਥੇ ਬੈਠਾ ਹੋਇਆ ਤੇ ਭਾਬੀ ਕਹਿ ਰਹੀ ਪੀਰ ਸਾਹਿਬ ਪੂਰੇ ਹੋਏ ਤੇ ਮਤਲਬ ਜਿਹੜੀ ਗੁਸਤਾਖੀ ਹੋ ਜਾਂਦੀ ਆ ਨਾ
ਹੋ ਜਾਂਦਾ ਇਹ ਉਹ ਬੰਦੇ ਦਾ ਚੇਤ ਮਨ ਦੇ ਵਿੱਚ ਹੁੰਦੀ ਹੈ ਕਈ ਵਾਰੀ ਗੱਲ ਉਹ ਹੋ ਜਾਂਦੀ ਹੈ ਓਕੇ ਜਾਣ ਕਰਦੇ ਆ ਤੇ ਕਿੰਨਾ ਟਾਈਮ ਆਪਣੇ ਕੋਲ ਰਹਿ ਗਿਆ ਹੈਗੇ ਆ ਹਾਂਜੀ ਆਪਣੇ ਕੋਲ ਹਲੇ 15 ਮਿੰਟ ਹੈਗੇ ਮੈਂ ਤੁਹਾਨੂੰ ਸਾਹਿਤਕ ਗੁਸਤਾਖੀ ਸੁਣਾ ਬਈ ਜਿਹੜੀ ਕਿ ਸਾਹਿਤਕਾਰਾਂ ਦੇ ਵਿੱਚ ਜਿਹੜੇ ਸਾਹਿਤਕਾਰ ਹੈ ਉਹ ਵੀ ਮਤਲਬ ਕਾਫੀ ਗੁਸਤਾਖ ਹੁੰਦੇ ਆ ਔਰ ਕਾਫੀ ਉਹ ਇੰਟਰਸਟਿੰਗ ਵੀ ਕਰਦੇ ਆ ਜਿਹੜਾ ਲੜਾਉਂਦੇ ਆ ਨਾਮਾ ਸ਼ਨਾਮਾ ਦੀ ਹੁੰਦੀ ਆ ਜਿਹੜੀ ਮੈਂ ਨਾ ਜਿਹੜੇ ਭਾਸ਼ਾ ਵਿਭਾਗ ਦਾ ਚੋਣ ਕਮੇਟੀ ਚ ਵੀ ਜਿਹੜੀ ਸਾਹਿਤਕਾਰਾਂ ਨੂੰ ਦੀ ਚੋਣ ਕਰਦੀ ਆ ਨਾਮਾ ਲਏ ਨਾ ਸ਼੍ਰੋਮਣੀ ਪੁਰਸਕਾਰ ਵਗੈਰਾ ਦੇ ਸਾਰੇ ਮੈਂ 6 ਸਾਲ ਉਹਦਾ ਮੈਂਬਰ ਰਿਹਾ ਮੈਨੂੰ ਨੀ ਪਤਾ ਅੱਜ ਤਾਈਂ ਵੀ ਮੈਨੂੰ ਕਿਹਨੇ ਬਣਾਇਆ ਤੇ ਕਿਉਂ ਬਣਾਇਆ ਆਪਣੇ ਵੱਲੋਂ ਮਤਲਬ ਠੀਕ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿਉਂਕਿ ਮੈਨੂੰ ਤਾਂ ਕੋਈ ਫਰਕ ਨੀ ਸੀਗਾ ਤੇ ਉਹ ਹੋਇਆ ਕਿ ਵੀ ਉੱਥੇ ਹੁੰਦੀ ਰਹੀ ਉਦੋਂ ਬਾਅਦ ਜਦੋਂ ਇੱਕ ਮੀਟਿੰਗ ਤੋਂ ਬਾਅਦ ਨਾਮ ਨੂੰ ਹੋ ਗਿਆ ਤਾਂ ਮੈਨੂੰ ਇੱਕ ਬੰਦੇ ਦਾ ਜਲੰਧਰੋਂ ਫੋਨ ਆਇਆ ਵੀ ਜੀ ਉਹ ਜਿਹੜਾ ਫਲਾਨਾ ਬੰਦਾ ਆ ਉਹਦੇ ਬਾਰੇ ਉਹ ਚ ਕੀ ਗੱਲ ਹੋਈ ਆ ਵਿਰੋਧਤਾ ਕੀਤੀ ਆ ਮੈਂ ਕਿਹਾ ਮੈਨੂੰ ਮੇਰੇ ਖਿਆਲ ਚ ਤਾਂ ਕੋਈ ਇਹੋ ਜਿਹੀ ਗੱਲ ਹੋਈ ਨੀ ਹੈਨਾ ਤੇ ਚਲੋ ਮੈਂ ਚੁੱਪ ਕਰ ਗਿਆ ਉਹ ਵੀ ਬੰਦਾ ਚੁੱਪ ਕਰ ਗਿਆ ਹੈਰਾਨ ਜਿਹਾ ਹੋ ਕੇ ਤੀਜੇ ਚੌਥੇ ਦਿਨ ਇੱਕ ਹੋਰ ਬੰਦੇ ਦਾ ਫੋਨ ਆ ਗਿਆ ਕਹਿੰਦਾ ਜੀ ਵੀ ਮੇਰੀ ਵਿਰੋਧਤਾ ਕਿਉਂ ਹੋਈ ਮੈਂ ਤਾਂ ਕਦੇ ਕਿਸੇ ਦਾ ਕਰਦਾ ਨੀਗਾ ਤੇ ਮੈਂ ਕਿਹਾ ਤੈਨੂੰ ਕਹਿੰਦੇ ਕਿ ਤੇਰੀ ਵਿਰੋਧਤਾ ਹੋਈ ਹੈ ਤੇ ਮੈਨੂੰ ਉਹ ਦੱਸੇਗਾ ਮੈਨੂੰ ਪਹਿਲੇ ਨੂੰ ਵੀ ਮੈਨੂੰ ਦੱਸਿਆ ਕਿ ਮੈਨੂੰ ਸ਼ੱਕ ਜੀ ਪਈ ਤੇ ਮੈਂ ਕਿਹਾ ਯਾਰ ਵੀ ਕੋਈ ਗੜਬੜ ਹੈ ਹਨਾ ਵੀ ਕੀ ਚੱਕਰ ਹੈ ਮੈਂ ਉਹ ਲਿੰਕ ਲੱਭਣਾ ਸ਼ੁਰੂ ਕਰਤਾ ਤੇ ਮੈਂ ਉਹਨੂੰ ਕਿਹਾ ਤੇਰੀ ਤਾਂ ਕੋਈ ਵਿਰੋਧਤਾ ਹੀ ਨੀ ਹੋਈ ਤੇਰੀ ਵਿਰੋਧਤਾ ਤਾਂ ਹੋਵੇ ਜੇ ਤੇਰਾ ਨਾਂ ਪੇਸ਼ ਕੀਤਾ ਗਿਆ ਹੋਵੇ ਉਹਨਾਂ ਦੀ ਕਿਵੇਂ ਹਾਲ ਸੀ ਦੋਨਾਂ ਦਾ ਨਾਂ ਉਹ ਬਾਅਦ ਚ ਜੀ ਪਤਾ ਲੱਗਾ ਵੀ ਸਾਡਾ ਇੱਕ ਸਾਹਿਤਕਾਰ ਸੀਗਾ ਉਹ ਕੀ ਕਰਦਾ ਸੀਗਾ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਸੀ ਸਾਰਿਆਂ ਨੂੰ ਕਹਿੰਦਾ ਸੀ ਵੀ ਮੈਂ ਤੁਹਾਡਾ ਨਾਂ ਪੇਸ਼ ਕਰੂੰਗਾ ਉਹਨਾਂ ਤੋਂ ਕੋਈ ਨਾ ਕੋਈ ਧਨ ਜਾਂ ਧਨ ਧਨ ਦੀ ਕੋਈ ਨਾ ਕੋਈ ਬੈਨੀਫਿਟ ਲੈਣਾ ਹੋਊਗਾ ਕਿਸੇ ਤਰ੍ਹਾਂ ਦਾ ਹਨਾ ਤੇ ਸਾਡੇ ਇਸ ਗੱਲ ਬਾਰੇ ਪਤਾ ਵੀ ਉਹਨਾਂ ਨੂੰ ਉਹਨਾਂ ਨੇ ਵਾਅਦੇ ਕੀਤੇ ਸੀ ਹੁਣ ਉੱਥੇ ਨਾਂ ਵੀ ਨੀ ਪੇਸ਼ ਹੋਇਆ ਬੰਦੇ ਦਾ ਜੇ ਨਾਂ ਪੇਸ਼ ਹੋਇਆ ਵੀ ਤਾਂ ਉਹਦੇ ਹੱਕ ਜਾਂ ਵਿਰੋਧਤਾ ਚ ਹੋਊਗੀ ਗੱਲ ਤੇ ਉਹਨੇ ਫਿਰ ਹੁਣ ਉਹਨੂੰ ਫਾਰਮੂਲਾ ਕੀ ਕਰਨਾ ਸੀ ਉਹ ਫਿਰ ਜਦੋਂ ਫਿਰ ਉੱਥੇ ਉਹ ਬੰਦਾ ਬਾਅਦ ਚ ਮਿਲਦਾ ਸੀ ਉਹਨੂੰ ਕਹਿੰਦਾ ਸੀਗਾ ਵੀ ਇਹ ਨਾ ਤੇਰਾ ਨਾਂ ਤਾਂ ਪੇਸ਼ ਕੀਤਾ ਸੀਗਾ ਪਰ ਤੇਰੀ ਤਾਂ ਵਿਰੋਧਤਾ ਹੀ ਬੜੀ ਹੋਈ ਉਹਨੇ ਜਿੰਨੇ ਜਿੰਨਿਆਂ ਨੇ ਪ੍ਰੋਮਿਸ ਕੀਤਾ ਸੀ ਬਾਅਦ ਅਸੀਂ ਪਤਾ ਕੀਤਾ ਸਾਨੂੰ ਪਤਾ ਲੱਗ ਗਿਆ ਜਦੋਂ ਫਿਰ ਬੰਦੇ ਦਾ ਪਤਾ ਲੱਗ ਗਿਆ ਮੈਂ ਘੱਟੋ ਘੱਟ 10 ਬੰਦਿਆਂ ਨੂੰ ਇਹ ਪ੍ਰੋਮਿਸ ਕੀਤੇ ਸੀਗੇ ਵੀ ਤੇਰਾ ਨਾਂ ਮੈਂ ਪੇਸ਼ ਕਰੂੰਗਾ ਤੇਰੀ ਸਪੋਰਟ ਕਰੂੰਗਾ ਹਨਾ ਤੇ ਸਾਰਿਆਂ ਨੂੰ ਉਹਨੇ ਇਹ ਕਿਹਾ ਵੀ ਜਦੋਂ ਤੇਰਾ ਨਾਂ ਪੇਸ਼ ਹੋਇਆ ਤੇਰੀ ਤਾਂ ਵਿਰੋਧਤਾ ਹੀ ਇੰਨੀ ਹੋਈ ਅੱਛਾ ਹੁਣ ਬੰਦਾ ਕੀ ਕਰੇ ਨਾ ਇਹਦਾ ਆਰਾਮ ਤੋਂ ਬਚ ਗਿਆ ਨਾਲ ਉੱਧਰ ਬਚ ਗਿਆ ਤਾਂ ਫਿਰ ਮੈਂ ਉਹਨੂੰ ਉਹਦਾ ਨਾਂ ਨਾ ਦਿੱਤਾ ਸੀ ਵੀ ਜਦੋਂ ਫੋਟੋਗ੍ਰਾਫੀ ਜਾਂ ਆਪਣੀ ਕੰਪਿਊਟਰ ਦੇ ਵਿੱਚ ਅਸੀਂ ਆਫਟਰ ਇਫੈਕਟਸ ਦੀ ਗੱਲ ਕਰਦੇ ਹਾਂ ਤੇ ਇਹ ਉਸ ਇਨਾਮਾਂ ਦੀ ਸਿਰਜਣਾ ਤੋਂ ਬਾਅਦ ਜਿਹੜੀ ਇਹ ਆਫਟਰ ਇਫੈਕਟ ਹੈ ਉਹ ਆ ਵੀ ਬੰਦੇ ਨੇ ਆਪਣੇ ਆਪ ਨੂੰ ਦੇਖੋ ਕਿੰਨੀ ਚਲਾਕੀ ਨਾਲ ਪਹਿਲਾਂ ਤਾਂ ਬੱਲੇ ਬੱਲੇ ਕਰਾ ਲਏ ਮੁੜ ਕੇ ਉਹਨਾਂ ਨੂੰ ਆਪਣੇ ਬਚਣ ਦਾ ਤਰੀਕਾ ਦਿੱਤਾ ਹਾਂਜੀ ਬਿਲਕੁਲ ਮੈਂ ਸਮਝਦਾ ਵੀ ਇੱਕ ਤਰ੍ਹਾਂ ਨਾਲ ਗੁਸਤਾਖੀਆਂ ਹੀ ਨੇ ਜਿਹੜੇ ਬੰਦੇ ਦੂਜਿਆਂ ਨਾਲ ਕਰਦੇ ਆ ਜੀ ਪਿੰਡ ਦੇ ਸਕੂਲ ਚ ਬੱਚੋ ਸਾਗ ਕਿਹਦੇ ਕਿਹਦੇ ਹੈਗਾ ਬੱਚੇ ਤੇ ਪਾਉ ਝੰਡਿਆ ਉਹ ਖੜੇ ਕਰਦੇ ਸਾਰੇ ਖੜ ਗਏ ਸਾਡੇ ਹੈਗਾ ਜੀ ਸਾਡੇ ਹੈਗਾ ਜੀ ਸਾਡੇ ਸਰੀਕੇ ਚੋ ਇੱਕ ਬਾਬਿਆਂ ਦਾ ਭੋਲਾ ਸੀ ਮੁੰਡਾ ਸਾਡੇ ਨਾਲ ਪੜ੍ਹਦਾ ਸੀ ਤੇ ਉਹ ਆਪ ਹੀ ਖੜਾ ਹੋ ਗਿਆ ਉਹਨੇ ਕਿਹਾ ਵੀ ਬਾਂਹ ਖੜੀ ਦਾ ਤਾਂ ਪਤਾ ਨੀ ਨਾਂ ਲੈਣਾ ਮਾਸਟਰ ਨੇ ਕਿ ਆਪ ਹੀ ਖੜੇ ਹੋ ਗਿਆ ਉਹ ਕਹਿੰਦਾ ਹਾਂ ਵੀ ਤੁਹਾਡੇ ਹੈਗਾ ਵਾਧੂ ਜੀ ਸਾਗ ਵਾਧੂ ਜਿੰਨਾ ਮਾਸਟਰ ਜੀ ਮਾਸਟਰ ਕਹਿੰਦਾ ਪਾਲਕ ਹੈਗੀ ਆ ਪਾਲਕ ਵਾਧੂ ਜੀ ਜਿੰਨੀ ਮਾਸਟਰੀ ਮਾਸਟਰੀ ਜੀ ਕੋਥਵਾ ਵੀ ਲੈ ਆਊਂਗਾ ਸਾਰਾ ਕੁਝ ਲੈ ਆਊਂ ਧਨੀਆ ਵੀ ਲੈ ਆਊਂ ਮੇਥੀ ਵੀ ਲੈ ਆਊਂ ਉਹ ਕਹਿੰਦਾ ਚੰਗਾ ਫਿਰ ਭੁੱਲਿਆ ਏਦਾਂ ਕਰੀ ਕੱਲ ਨੂੰ ਸਾਗ ਦੀਆਂ ਸਰੋਂ ਦੀਆਂ ਗੰਦਲਾਂ ਉਹ ਛਲਾ ਕੇ ਲੈ ਆਈ ਤੇ ਪਾਲਕ ਵੀ ਲੈ ਆਈ ਬੋਥਲਾ ਵੀ ਲੈ ਆਈ ਧਨੀਆ ਮੇਥੀ ਸਾਰਾ ਕੁਝ ਲੈ ਆਈ ਭਾਵੇਂ ਅੱਧੀ ਛੁੱਟੀ ਤੱਕ ਰਾਜੀ ਤੂੰ ਲੈ ਆਈ
ਭੋਲਾ ਮਾਰੇ ਕੱਛਾਂ ਦੇ ਮੈਂ ਕੱਲ ਯਾਰ ਲੇਟ ਆਉਣਗੇ ਮੌਜ ਲੱਗ ਗਈ ਆ ਲੇਟ ਆਉਣਗੇ ਉਹ ਅਗਲੇ ਦਿਨ ਉਹ ਕਿਤੇ ਕਹਿੰਦਾ ਰੱਬ ਦੀ ਮਰਜ਼ੀ ਕੱਲ ਉਹ ਭੋਲੇ ਦੇ ਬਾਪੂ ਦੀ ਕਹਿ ਲਓ ਭੋਲੇ ਦਾ ਬਾਪੂ ਕਹਿੰਦਾ ਵੀ ਤੂੰ ਮਾਸਟਰ ਨੂੰ ਜਾ ਕੇ ਕਹਿ ਦੀ ਵੀ ਸਾਗ ਨੂੰ ਤੇ ਤੇਲਾ ਪਿਆ ਹੋਇਆ ਉਹ ਭੋਲਾ ਆ ਗਿਆ ਉਹ ਕਹਿੰਦਾ ਵੀ ਹਾਂ ਵੀ ਭੋਲਿਆ ਖੜਾ ਉਹ ਤੂੰ ਮੇਰੇ ਨਾਲ ਆ ਗਿਆ ਸਾਗ ਨੀ ਲੈ ਗਿਆ ਕਹਿੰਦਾ ਮਾਸਟਰ ਜੀ ਸਾਗ ਨੂੰ ਨਾ ਤੇਲਾ ਪਿਆ ਹੋਇਆ ਜੀ ਕਹਿੰਦਾ ਚੱਲ ਸਾਗ ਦਾ ਤਾਂ ਕੋਈ ਨੀ ਹੋਰ ਕੋਈ ਲੈ ਆਊਗਾ ਤੂੰ ਕੱਲ ਵਾਲਾ ਸਭ ਕੁਛ ਸੁਣਾ ਕੱਲ ਵਾਲਾ ਖੜਾ ਹੋ ਕਹਿੰਦਾ ਮਾਸਟਰ ਜੀ ਆਉਂਦਾ ਨੀ ਜੀ ਕਹਿੰਦਾ ਆ ਫਿਰ ਤੇਰਾ ਤੇਲਾ ਝਾੜੀ ਮਾਰ ਮਾਰ ਟੁੱਟ ਗਿਆ ਮਾਰ ਮਾਰ ਟੁੱਟ ਗਿਆ ਉਹਦੇ ਗਿੱਟੇ ਲਾਲ ਕਰਦਾ ਤੇਰਾ ਤੇਲਾ ਉਹ ਜਮਾਨੇ ਸਾਡੇ ਵਾਲੇ ਇੱਦਾਂ ਦੇ ਹੁੰਦੇ ਤੁਹਾਡੀ ਗੱਲ ਤੋਂ ਜਿਵੇਂ ਤੁਸੀਂ ਸ਼ਮਾ ਜੀ ਤਾਏ ਦੀ ਗੱਲ ਸੁਣਾਈ ਮੈਨੂੰ ਆਪਣੇ ਤਾਏ ਦੀ ਯਾਦ ਆ ਗਈ ਸਾਡੇ ਪਿੰਡ ਦੇ ਵਿੱਚ ਦੀ ਦੁਕਾਨ ਸੀ ਤੇ ਉਹ ਅਕਸਰ ਹੀ ਦਰਿਆ ਤੇ ਜਾ ਕੇ ਤੇ ਐਕਸਰਸਾਈਜ਼ ਕਰਦੇ ਹੁੰਦੇ ਸੀ ਕਸਰਤ ਕਰਦੇ ਹੁੰਦੇ ਸੀ ਬੰਨ ਸੋਨੀਆ ਇੱਕ ਦਿਨ ਮੀਂਹ ਪੈ ਗਿਆ ਮੀਂਹ ਪੈ ਗਿਆ ਤਾਂ ਮੈਂ ਸੋਚਿਆ ਵੀ ਅੱਜ ਬਾਹਰ ਤਾਂ ਜਾਇਆ ਨੀ ਜਾਣਾ ਦਰਿਆ ਦੇ ਕੰਢੇ ਜਾਇਆ ਨੀ ਜਾਣਾ ਤੇ ਚੱਲ ਦੁਕਾਨ ਚ ਕਰ ਲੈਣੀ ਉਹਨਾਂ ਸੀਸ ਆਸਨ ਕਰਨਾ ਸ਼ੁਰੂ ਕਰਤਾ ਸਿਰ ਥੱਲੇ ਤੇ ਲੱਤਾਂ ਤਾਂ ਕਰਕੇ ਸੀਸ ਆਸਨ ਕਰਨ ਲੱਗ ਪਏ ਉਹਨੇ ਜਦੋਂ ਇੱਕ ਕੁੜੀ ਆ ਗਈ ਕੋਈ ਸਮਾਨ ਲੈਣ ਤੇ ਉਹ ਵੇਖ ਕੇ ਡਰ ਕੇ ਪਛਾਣ ਭੱਜ ਗਈ ਸਾਰੇ ਪਿੰਡ ਚ ਜਾ ਕੇ ਰੌਲਾ ਪਾ ਤਾ ਵੀ ਦਾਦੇ ਨੂੰ ਕੋਈ ਮਾਰ ਕੇ ਦੁਕਾਨ ਚ ਪੁੱਠਾ ਟੰਗ ਗਿਆ ਤਾਇਆ ਜੀ ਚੰਗੇ ਪਿੰਡ ਬੈਠੇ ਸਾਹਮਣੇ ਉਹ ਕਹਿੰਦੇ ਕੀ ਕੁੜੀ ਕਹਿੰਦੀ ਵੀ ਦਾਦੇ ਨੂੰ ਕੋਈ ਪੁੱਠਾ ਮਾਰ ਕੇ ਤੇ ਪੁੱਠਾ ਟੰਗ ਗਿਆ ਦੁਕਾਨ ਚ ਉਹ ਕਹਿੰਦੇ ਮੈਂ ਤਾਂ ਸੀਸ ਆਸਨ ਕਰ ਰਿਹਾ ਸਾਂ ਹਾਂਜੀ ਕਈ ਵਾਰੀ ਇਸ ਤਰ੍ਹਾਂ ਹੀ ਸਹਿਜ ਸੁਭਾਅ ਕੀ ਜਿਹੜੀਆਂ ਗੱਲਾਂ ਹੋ ਜਾਂਦੀਆਂ ਔਰ ਬਹੁਤੀਆਂ ਜਿਹੜੀਆਂ ਘਰ ਦੇ ਵਿੱਚ ਆਪਣੇ ਫਰੈਂਡਸ ਦੇ ਵਿੱਚ ਹਨਾ ਕਈ ਤਾਂ ਚਲੋ ਹੁੰਦੇ ਆ ਕਿ ਜੋਕਸ ਬਣੇ ਹੁੰਦੇ ਆ ਜੋਕਸ ਸੁਣੀਦੇ ਆ ਬਟ ਕਈ ਇਸ ਤਰ੍ਹਾਂ ਸਹਿਜ ਸੁਭਾਅ ਕੀ ਜਿਹੜੀਆਂ ਗੱਲਾਂ ਹੋ ਜਾਂਦੀਆਂ ਉਹ ਤੁਹਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਚਲੋ ਤੁਹਾਨੂੰ ਮੈਂ ਇੱਕ ਸੁਣਾਉਣਾ ਹੋਰ ਸਾਹਿਤਕਾਰਾਂ ਨਾਲ ਜੁੜੀ ਹੋਈ ਬਈ ਏਦਾਂ ਤਾਂ ਕਈ ਲਿਖੀ ਹੋਈ ਤਾਂ ਲੰਮੀ ਚੌੜੀ ਆ ਪਰ ਉਹਨੂੰ ਸ਼ਾਰਟ ਕਰਕੇ ਸੁਣਾਉਣਾ ਮੈਂ ਨੋਰਮਲੀ ਜਿੰਨੀ ਫੋਟੋਗ੍ਰਾਫੀ ਕੀਤੀ ਆ ਮੈਂ ਕਮਰਸ਼ੀਅਲ ਨਹੀਂ ਕੀਤੀ ਮੈਂ ਸਾਰੀ ਮਤਲਬ ਸ਼ੌਕ ਲਈ ਕੀਤੀ ਆ ਜਿੰਨੀ ਇਸੇ ਕਰਕੇ ਮੈਨੂੰ ਜਾਣਿਆ ਜਾਂਦਾ ਮਤਲਬ ਮੈਂ ਫੋਟੋਆਂ ਨੂੰ ਕਦੇ ਵੇਚਿਆ ਨੀ ਅੱਜ ਤਾਈਂ ਤੇ ਮਤਲਬ ਲੱਖਾਂ ਹੈਗੀਆਂ ਨੇ ਉਹ ਹੁਣ ਹੁੰਦਾ ਕੀ ਆ ਵੀ ਜਿੱਦਾਂ ਕਿਤੇ ਐਗਜੀਬਿਸ਼ਨ ਲਾਈ ਜਾਂ ਹੋਰ ਲਾਈ ਤੇ ਅਕਸਰ ਲੋਕ ਕਹਿੰਦੇ ਯਾਰ ਸਾਡੀ ਫੋਟੋ ਕਹਿੰਦੇ ਕੋਈ ਬੰਦਾ ਜਾਣ ਦਿੰਦਾ ਉਹ ਕਹਿੰਦਾ ਸਾਡੀ ਫੋਟੋ ਕਹਿੰਦੇ ਹੁਣ ਮੈਂ ਇੱਕ ਹੋਰ ਅਸੂਲ ਬਣਾਇਆ ਵੀ ਮੈਂ ਫੋਟੋ ਦਿੰਦਾ ਨੀ ਕਦੇ ਕਿਸੇ ਦੀ ਜੇ ਖਿੱਚ ਲਵਾਂ ਵੀ ਮੈਨੂੰ ਲੱਗਦਾ ਹੁੰਦਾ ਵੀ ਇਹ ਨਹੀਂ ਦੇਣੀ ਚਾਹੀਦੀ ਫੋਟੋ ਹੈ ਨਾ ਖਿੱਚ ਕੇ ਤੇ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹਨੂੰ ਵਰਤੋ ਫੋਟੋ ਤੇ ਹੋਇਆ ਕੀ ਵੀ ਚੰਡੀਗੜ੍ਹ ਇੱਕ ਪ੍ਰੋਗਰਾਮ ਸੀਗਾ ਯੂਨੀਵਰਸਿਟੀ ਚ ਤੇ ਉੱਥੇ ਅਸੀਂ ਉਹ ਸੀਗੇ ਚਲੋ ਐਗਜੀਬਿਸ਼ਨ ਲਾਈ ਸੀ ਸੱਭਿਆਚਾਰ ਦੀ ਸਾਰੀ ਗੱਲ ਹੋ ਰਹੀ ਸੀਗੀ ਤੇ ਉੱਥੇ ਸਾਡੇ ਇੱਕ ਰਾਈਟਰ ਹੈ ਮਨਜੀਤ ਇੰਦਰਾ ਉਹ ਕਹਿੰਦੀ ਉਹ ਵੱਡੀ ਆ ਚਲੋ ਸਾਡੇ ਤੋਂ ਕਾਫ਼ੀ ਵੱਡੀ ਆ ਤੇ ਉਹ ਕਹਿੰਦੀ ਵੇ ਦਿਨ ਵਿੱਚ ਆ ਉਰਿਆ ਮੈਂ ਕੀ ਹੋਇਆ ਮੇਰੀ ਫੋਟੋ ਖਿੱਚ ਮੈਂ ਕਿਹਾ ਫੋਟੋ ਤੇਰੀ ਖਿੱਚ ਤੂੰ ਪਰ ਮੈਂ ਤੇਰੀ ਫੋਟੋ ਦੇਣੀ ਨੀ ਕੋਈ ਤੇਰੇ ਤੋਂ ਖਿਚਾਉਣ ਦਾ ਕੋਈ ਫਾਇਦਾ ਨੀ ਕਹਿੰਦੀ ਨਹੀਂ ਮੇਰੀ ਫੋਟੋ ਖਿੱਚ ਤੂੰ ਮੈਂ ਕਿਹਾ ਮੈਂ ਫੋਟੋ ਨੀ ਖਿੱਚਦਾ ਤੇ ਉਹਨੇ ਭਾਈ ਮੇਰੇ ਤੱਕ ਪੂਰਾ ਪ੍ਰੈਸ਼ਰ ਪਾਤਾ ਹਾਰ ਕੇ ਮੈਂ ਬੜਾ ਦੁੱਖ ਲਿਆ ਮੈਂ ਕਿਹਾ ਭਾਈ ਗੱਲ ਸੁਣਾ ਮੇਰੀ ਫੋਟੋ ਮੈਂ ਖਿੱਚ ਦੂੰ ਪਰ ਮੈਂ ਫੋਟੋ ਖਿੱਚਦਾ ਭੋਗ ਵਾਲੀ ਮੈਂ ਤਾਂ ਭੋਗ ਵਾਲੀ ਫੋਟੋ ਖਿੱਚਦਾ ਇਹ ਉਹ ਭਾਈ ਜੂ ਉੱਥੇ ਹਾਸਾ ਪਿਆ ਹੁਣ ਸਾਰੇ ਉਹ ਕਹਿੰਦੇ ਚੰਗਾ ਫਿਰ ਚੰਗਾ ਮੇਰੀ ਭੋਗ ਵਾਲੀ ਖਿੱਚ ਦੇ ਸੋ ਜਿਹੜੀ ਫੋਟੋ ਅੱਜ ਤੱਕ ਖਿੱਚੀ ਹੋਈ ਮੇਰੇ ਕੋਲ ਪਈ ਆ ਪਤਾ ਨੀ ਉਹਨੂੰ ਆਉਣ ਨੂੰ ਬਾਹਰ ਆਉਣ ਨੂੰ ਕਿੰਨਾ ਕੁ ਮੌਕਾ ਲੱਗੂਗਾ ਲੈਣ ਹਾਂਜੀ ਵਧੀਆ ਇਹ ਵੀ ਵਧੀਆ ਜੇ ਪਹਿਲੇ ਬੰਦੇ ਨੂੰ ਖਿਚਵਾ ਕੇ ਰੱਖ ਲੈਣੀ ਚਾਹੀਦੀ ਭੋਗ ਵਾਲੀ ਵੀ ਵੈਸੇ ਸਾਡੇ ਇੱਥੇ ਪੁਆਇੰਟ ਸੀਗੇ ਇੱਕ ਬੰਦੇ ਉਹ ਬੰਦਾ ਸੀਗਾ ਉਹਨੇ ਉਹਦੀ ਪਹਿਲਾਂ ਵਾਈਫ ਮਰ ਗਈ ਤੇ ਉਹਨੇ ਉਹਦੀ ਫੋਟੋ ਬਣਾ ਕੇ ਘਰੇ ਟੰਗ ਲਈ ਫਿਰ ਉਹਨੇ ਆਪਣੀ ਫੋਟੋ ਖਿਚਾਈ ਆਪਣੀ ਫੋਟੋ ਖਿਚਾ ਕੇ ਉਹ ਚੱਕ ਲਈ ਕਹਿੰਦਾ ਇਹਨਾਂ ਦਾ ਕਹਿੰਦਾ ਜੋ ਕਹਿੰਦਾ ਕੀ ਪਤਾ ਕਹਿੰਦਾ ਐਵੇਂ ਕੋਈ ਟੁੱਟੀ ਜਿਹੀ ਫੋਟੋ ਲਾ ਰਿਹਾ ਕਹਿੰਦਾ ਸਰਦਾਰ ਨਾ ਕਹਿੰਦਾ ਫੋਟੋ ਤਾਂ ਮੇਰੀ ਚੱਜ ਦੀ ਹੋਣੀ ਚਾਹੀਦੀ ਆ ਮਰਿਆ ਦੀ ਫੋਟੋ ਚੱਕ ਕੇ ਲਾ ਲੈਣ ਮੇਰੀ ਕਹਿੰਦੇ
हाँ जी नहीं ये भी बड़ा बड़ा कंसर्न है। मैंने तो मतलब के सीरियस है ये तो आप हम हंस रहे हैं बट मैं भी ये गल सोच रही नहीं है जी घर दे विच हुण ते चलो फुल फल पाउण दा ऐनी रिवाज मैं भी जी घर दे विच तां भाई बच्चे दी चंगी है फोटो वधिया जी होणी चाहीदी है ते हाँ पाया सोहणा लगे हाँ वो पहले तो जवा लैण होनी चाहीदी है फोटो तां भोग भी अपना आप ही पाउणा चाहीदा बंदे ने देखता जांदा ना किहड़ा किहड़ा आया हरिद्वार पाया गड्डिया घरे लभ दो जो मर्जी कर अजकल तो हम जे आ गया गैस आले शमशान घाट एक सच जाते अपना टाइम भी हो गया एक गल दस दिना भी कोरोना जी सब तो इंटरेस्टिंग गल हुई है जिन्हें शमशान घाट ने सारे घाटे च ने पहली बार हो डेथ रेट इना घटिया कि जो शमशान घाट ने घटे नहीं जिथे मतलब इतने एक शमशान घाट है महीने च कहना दस सारे कहना बंदे आए आ कहना कहना अगे रोज दस आ साल बंद हो जी गया फिर साल बाद पवा दे मंत्र पाठ करने आमदन वादी है पंजा साल बाद भोग पा लेना चाहिए बुजुर्ग सी पाकिस्तान तो माइग्रेट हो गए लालपुर जिले उसे ने ना अफवाह फैलाती साडे सरीके ची साडा ताया सी ओदा नाम ते कोई होर सी जीवन सिंह खदा कहिंदे सी कहिंदे भी जीवन सिंह दी ना डैथ हो गई उस वे घोड़िया घाड़िया होंगे कोई बड़ा फटाफट रिश्तेदार स्नेह देते मौत हो गई है पहुंचो फलाने पिंड सारे लोग कहते भी उठे कट्ठे हो जाओ पिंड के बार बार उतो कट्ठे फिर उ चले चलेंगे दाह जो उठे कट्ठे हुए तो देखते पिंड वालूदार जीवन सोनी मझा चार डे हो कहते हूं की करिए हूं इतो वापस मुड़िए की करिए एक साले हार सी चलाको जी सिदरी जी वो कहती लै मैं पूछ दी हाँ गांह हो गए वो गांह हो गई कहते हाँ भाभी तू पुछ वो कहती मैं जीवन से हाँ तू इतना मजा जा लड़िया अभी तेरी मकाने आए हैं वो कहता भाभी साले हार सी ओरी भाभी मकाना ला तू आपके जम्मण वाले मेरी जगह मकाने का ले आए कहते जो वापस उतो मुड़े पानी पुनी पिलाया वापस मुड़े जो जाते घर पहुंचे तो वह जी भाभी से पता लगा भी प्यो मर उदू बाद खदा कह लग पाए क्योंकि उन्हें मूह क्या कि तू मकाना ला आपके जम्मण वाले यानी कि उस वे डैथ हो गई थी प्यो सारी जिंदगी खदा कहते रहे रिश्तेदारी रिश्तेदारी का साक्षा है खदा ओदा खदा पक गया लिखा जाता है ਵੱਡਾ ਮਤਲਬ ਇੱਕ ਕਹਿੰਦੇ ਆ ਕਿ ਵਿਸ਼ਾ ਆ ਜਿਹਦੇ ਉੱਤੇ ਲਿਖਿਆ ਜਾਂਦਾ ਉਹਦੇ ਨਾਲ ਸਾਰੀ ਪਿੰਡ ਦੀ ਕਹਾਣੀ ਲੋਕਾਂ ਦੀ ਕਹਾਣੀ ਸਾਰਾ ਕੁਝ ਪਤਾ ਲੱਗ ਜਾਂਦਾ ਮੈਂ ਵੀ ਤਕਰੀਬਨ ਪਿੱਛੇ ਹਾਲੇ ਛਾਪੀ ਦੀ ਕਿਤਾਬ 50 ਤੋਂ ਉੱਤੇ ਜਿਹੜੇ ਤਾਏ ਆ ਉਹ ਲਿਖ ਚੁੱਕਾ
कई बंद ने लिखा, संत कुमार सी उन्होंने लिखा, होर भी कई ने लिखे, पर हर एक का अपना नजरिया हों। स्याणे कहिंदे जी ताया घर दा बन हुंदा ते चाचा जिहड़ा काम काम आउंदा घर दा। कई बारी ना माहौल ते मतलब के बड़ा सीरियस हुंदा है ना, के किसे दी मर्ग होई हुंदी आ ते उत्थे मतलब हसण वाला ते कोई माहौल हुंदा नहीं, पर कोई कई बारी इहो जी उत्थे कोई गल हो जांदी आ कि बंदे नूं पता नहीं लगदा कि मैं हुण इत्थे हसां कि की करां। आओ हो जांदा ਤੁਹਾਨੂੰ ਤੁਹਾਨੂੰ ਲਓ ਤੁਹਾਨੂੰ ਯਾਦ ਆ ਗਈ ਇੱਕ ਵਿਸਾਖੀ ਬੜੀ ਜ਼ਬਰਦਸਤ ਮਾਰ ਗਈ। ਸਾਡੇ ਜਸਵਾਲ ਸਾਹਿਬ ਹੁੰਦੇ ਸੀ, ਜਗਦੇਵ ਸਿੰਘ ਜਸਵਾਲ, ਉਹ ਸਰੀ ਜਾਂਦੇ ਰਹਿੰਦੇ ਹੁੰਦੇ ਸੀਗੇ ਤੇ ਉਹ ਨਾ ਮਤਲਬ ਉਹਨਾਂ ਨੂੰ ਕੋਈ ਲੈ ਗਿਆ ਜੀ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ, ਜਿੱਦਾਂ ਉਹ ਤੁਰ ਪੈਂਦੇ ਸੀਗੇ ਵੀ ਚਲੋ ਆ ਜਾਓ ਆ ਜਾਓ, ਉਹਦੇ ਜਾਂਦਿਆਂ ਨੂੰ ਭੋਗ ਪਵੇ ਤੇ ਉਹਨਾਂ ਨੂੰ ਨਾ ਮਤਲਬ ਬੋਲਣ ਨਹੀਂ ਲਾਉਣਾ ਹੁੰਦਾ ਵੀ ਜੇ ਕੋਈ ਬੰਦਾ ਆਉਂਦਾ ਹੈ ਤਾਂ ਨੂੰ ਬੰਦਾ ਆਉਂਦਾ ਉਹ ਬੋਲਣ ਲਾ ਦਿੰਦਾ ਤੇ ਉਹ ਪਹਿਲਾਂ ਤਾਂ ਉਹਨੇ ਹੁਣ ਤਾਂ ਪੁੱਛਿਆ ਕਹਿੰਦੇ ਖੰਡ ਪਾਠ ਹੈ ਤੂੰ ਮਰਗ ਦਾ ਭੋਗ ਹੈ ਤੇ ਉਹ ਥੱਲੇ ਉਹ ਕਹਿੰਦਾ ਮਰਗ ਦਾ ਭੋਗ ਹੈ ਉਹਨੇ ਕਿਹਾ ਵੀ ਗਾਨਾ ਮਰ ਗਿਆ ਉਹਨੇ ਭਾਈ ਜਸਵਾਲ ਸਾਹਿਬ ਨੇ ਤਵਾ ਲਾ ਦਿੱਤਾ ਪੂਰਾ ਹੀ ਮਤਲਬ ਪੂਰੇ ਵੇ ਬੁੜੀ ਆਏ ਸੀ ਬੇਬੇ ਆਏ ਸੀ ਬੇਬੇ ਆਏ ਸੀ ਬੇਬੇ ਆਏ ਸੀ ਬੇਬੇ ਆਏ ਸੀ ਥੱਲੇ ਇੱਕ ਬੰਦਾ ਨਾ ਜਸਵਾਲ ਦਾ ਪਜਾਮਾ ਖਿੱਚੀ ਜਾਵੇ ਤੇ ਉਹ ਭਾਈ ਜਸਵਾਲ ਨੇ ਥੋੜੀ ਦੇਰ ਤੱਕ ਇਗਨੋਰ ਕੀਤਾ ਫਿਰ ਕਹਿੰਦਾ ਕੀ ਹੋਇਆ ਉਹ ਮਾਈਕ ਤੇ ਉਹ ਕਹਿੰਦਾ ਬੇਬੇ ਨੀ ਮਰੀ ਬਾਪੂ ਮਰਿਆ ਇਹਨਾਂ ਦਾ ਤੈਨੂੰ ਤੈਨੂੰ ਸਾਰਾ ਪਤਾ ਅੱਜ ਕੱਲ ਪਿਓ ਜਿਹੜੇ ਮਾਵਾਂ ਤੋਂ ਘੱਟ ਹੁੰਦੇ ਆ ਅੱਜ ਕੱਲ ਪਿਓ ਜਿਹੜੇ ਸਾਂਭਣਾ ਇਹਦਾ ਬਹੁਤ ਜ਼ਰੂਰੀ ਹੁੰਦਾ। ਹਾਂਜੀ ਹੁਣ ਤੇ ਬਹੁਤ ਜ਼ਿਆਦਾ ਜਿਹੜਾ ਮੈਂ ਮਾਹੌਲ ਚੇਂਜ ਹੋ ਗਿਆ ਜਦੋਂ ਕਿਸੇ ਦੀ ਡੈਥ ਹੁੰਦੀ ਆ ਤੇ ਮਤਲਬ ਕਿ ਲੋਕੀ ਆਮ ਤੌਰ ਤੇ ਇੰਨਾ ਰੋਣ ਜਾਂ ਮਤਲਬ ਕਿ ਪੁਰਾਣੇ ਜ਼ਮਾਨੇ ਵਿੱਚ ਜਿੱਥੇ ਕਹਿੰਦੇ ਸੀਗੇ ਪਿੱਟਣਾ ਜਿਹੜਾ ਕਹਿੰਦੇ ਸੀ ਪਿੰਡਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਹੁੰਦਾ ਸੀ ਪਰ ਹੁਣ ਤੇ ਚਲੋ ਇਹੋ ਜਿਹਾ ਨਹੀਂ ਹੁੰਦਾ ਤੇ ਉਹ ਇੱਕ ਨਾ ਆਈ ਡੋਂਟ ਨੋ ਮਾਝੇ ਦੇ ਵਿੱਚ ਤੇ ਇਹ ਬਹੁਤ ਮਤਲਬ ਕਿ ਇੱਕ ਟੈਕਨੀਕ ਹੁੰਦੀ ਸੀਗੀ ਪਿੱਟਣ ਦੀ ਨਾ ਕਿ ਜਦੋਂ ਕੋਈ ਜਵਾਨ ਡੈਥ ਹੁੰਦੀ ਸੀ ਨਾ ਤੇ ਉਹ ਇੱਕ ਟੈਕਨੀਕ ਸੀਗੀ ਕਿ ਜਿਹੜੇ ਕਲੋਜ਼ ਵਨਸ ਨੇ ਕਿ ਉਹਨਾਂ ਨੂੰ ਜ਼ਿਆਦਾ ਰੋਣਾ ਆਵੇ ਹੈ ਨਾ ਉਹ ਬਹਿਣ ਪਾਉਣੇ ਐਂਡ ਉਹ ਰੋਣਾ ਪਿੱਟਣਾ ਜਿਹੜਾ ਕਰਨਾ ਸਾਡੇ ਗੁਆਂਢ ਦੇ ਵਿੱਚ ਲੜਕੀਆਂ ਦੇ ਵਿੱਚ ਇੱਕ ਡੈਥ ਹੋਈ ਬਹੁਤ ਜਵਾਨ ਮਤਲਬ ਕਿ ਸਾਡਾ ਭਤੀਜਾ ਲੱਗਦਾ ਸੀਗਾ ਤੇ ਉਹਦੀ ਜਦੋਂ ਡੈਥ ਹੋਈ ਤੇ ਉਹਦੇ ਸਹੁਰਿਆਂ ਤੋਂ ਲੋਕ ਆਏ ਹੈ ਨਾ ਜਿਹੜੀ ਜਿਹਨੂੰ ਮਕਾਨ ਕਹਿੰਦੇ ਆ ਮਕਾਨ ਆਏ ਤੇ ਸਾਡੇ ਪਿੰਡ ਦੀ ਜਿਹੜੀ ਜਿਹੜੇ ਲੇਡੀ ਹੁੰਦੀ ਆ ਉਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਰਵਾਉਂਦੀ ਸੀ ਰੋਣਾ ਪਿੱਟਣਾ ਕਰਵਾਉਂਦੀ ਸੀ ਨਾ ਤੇ ਉਹ ਮੇਰੇ ਮਦਰ ਉਹਨੇ ਤੂੰ ਮਤਲਬ ਵੀ ਬਹੁਤ ਹੀ ਜ਼ਿਆਦਾ ਨਾ ਕਰੀ ਅੱਜ ਕੱਲ੍ਹ ਲੋਕੀ ਇਸ ਤਰ੍ਹਾਂ ਨਹੀਂ ਇੰਨਾ ਕਰਦੇ ਉਹ ਮੇਰੇ ਮਦਰ ਨੂੰ ਅੱਗੋਂ ਕਹਿੰਦੇ ਕਹਿੰਦੇ ਬੀਬੀ ਜੀ ਕਹਿੰਦੀ ਉਹਨਾਂ ਨੇ ਕੀ ਪਿੱਟਣਾ ਕਹਿੰਦੀ ਬੱਕਰੀ ਨੇ ਖੁਰ ਖੁਰ ਜਿੱਡੀਆਂ ਤੇ ਕੀ ਜਨਾਨੀਆਂ ਨੇ ਇਹੋ ਜਿਹਾ ਮਾਹੌਲ ਕਈ ਵਾਰੀ ਹੋ ਜਾਂਦਾ ਕਿ ਨਹੀਂ ਪਤਾ ਲੱਗਦਾ ਹੈ ਨਾ ਕਿ ਕੀ ਤੁਸੀਂ ਕਰੋ ਤੇ ਟਾਈਮ ਜਿਹੜਾ ਉਹ ਸਾਰਿਆਂ ਦਾ ਹੁਣ ਅਰਾਊਂਡ 5 ਮਿੰਟ ਉੱਤੇ ਹੋ ਗਏ ਨੇ ਤੇ ਕਹਿੰਦਾ ਅਸੀਂ ਕੁਛ ਗੁਸਤਾਖੀਆਂ ਅਗਲੇ ਪ੍ਰੋਗਰਾਮ ਵਾਸਤੇ ਰੱਖ ਲਈਏ ਥੋੜਾ ਜਿਹਾ ਹੋਰ ਵਧੀਆ।